ਦਾਣੇ ਭੁੰਨ ਕੇ ਰੱਖੇ ਹੁੰਦੇ ਸੀਗੇ ਚਣਿਆਂ ਦੇ, ਇੰਨੇ ਇੰਨੇ ਦਾਣੇ ਵੀ ਕਿਤੇ ਖਾ ਖੂ ਲੈਣੇ, ਪੇਟ ਦੀ ਅੱਗ ਬੁਝਾ ਲੈਣੀ, ਪਾਣੀ ਪੂਣੀ ਪੀ ਲੈਣਾ। ਅੱਛਾ, ਬਹੁਤ ਜਦ ਮੇਰੇ ਬੇਹਣੀ ਬਹੁਤ ਰੋਏ ਸ਼ਕਲਾਂ ਯਾਦ ਆ ਹੁਣ ਕਿਤੇ ਬਚਪਨ ਦੀਆਂ ਪਾਣੀ ਦੀਆਂ ਭਰ ਕੇ ਲਿਆ ਕੇ ਉੱਪਰ ਲਿਆਣੇ ਫੜ ਲੈਣੀਆਂ ਗੱਡੀ ਚੋਂ ਫੜ ਕੇ ਸਾਰੇ ਡੱਬੇ ਨੂੰ ਪਾਣੀ ਪਾਉਂਦੇ ਆਏ। ਬੜੀ ਗੱਲ। ਅੱਛਾ ਜੀ, ਸਾਰੇ ਰਾਹ ਉੱਥੇ ਜਦ ਚਮਕਾਰ ਜਿਹੀ ਪਈ ਤਾਂ ਉੱਥੇ ਹੱਡ ਕਰੰਗ ਪਸ਼ੂਆਂ ਦੇ ਛਪੜੀ ਜਿਹੀ ਉਹਦੇ ਵਿੱਚ ਇਹ ਲੋਕਾਂ ਨੇ ਸਮਝਿਆ ਵੀ ਇਹ ਲੱਕੜੀਆਂ। ਅੱਛਾ, ਵਿੱਚ ਛੱਪੜ ਦੇ ਤੇ ਸਾਰੀ ਰਾਤ ਭਾਈ ਉੱਥੋਂ ਪਾਣੀ ਲੈ ਕੇ ਉਸੇ ਛੱਪੜ ਦਾ ਪਾਣੀ ਪੀਂਦੇ ਰਹੇ। ਹਾਂ, ਉਹ ਗੱਡੀ ਖੜੀ ਦੇਖ ਲੋ ਕਿੱਡੀ ਬੇਬਸੀ ਸੀ ਵੀ ਉਹ ਜਿੱਥੇ ਜਾਨਵਰ ਮਰੇ ਪਏ ਗਲ ਗਏ ਉਹੀ ਪਾਣੀ ਪੀਤਾ। ਤੋਬਾ ਤੋਬਾ। ਅਸਲਾਮ ਅਲੈਕਮ, ਸਤਿ ਸ੍ਰੀ ਅਕਾਲ, ਪ੍ਰਣਾਮ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਦੇ ਨਾਲ ਅੱਜ 47 ਦੇ ਹੋਰ ਗਵਾਹ ਮੌਜੂਦ ਨੇ ਜੀ, ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਇਹ ਸਾਰਾ ਵਿਛੋੜਾ ਦੇਖਿਆ। ਵਿਛੋੜਾ ਲਫਜ਼ ਬਹੁਤ ਛੋਟਾ ਜਿਹਾ ਦੇਖਣ ਸੁਣਨ ਲਈ, ਲੇਕਿਨ ਇਹਦਾ ਮਫਹੂਮ ਸਮਝਣ ਲਈ ਬੜੀ ਗਹਿਰਾਈ ਤੱਕ ਜਾਣਾ ਪੈਂਦਾ, ਅੰਦਰ ਤੱਕ ਝਾਤੀ ਮਾਰਨੀ ਪੈਂਦੀ ਹੈ। ਕਿਉਂਕਿ ਤੁਸੀਂ ਦੇਖੋ ਵੀ ਅਗਰ ਦੁਨੀਆਦਾਰੀ ਦੇ ਵਿੱਚ ਇੱਕ ਕਿਰਾਏਦਾਰ ਨੂੰ ਆਪਣਾ ਮਕਾਨ ਤਬਦੀਲ ਕਰਨਾ ਪੈ ਜਾਵੇ ਤਾਂ ਉਹਨੂੰ ਆਪਣਾ ਆਂਢ ਗੁਆਂਢ, ਆਪਣਾ ਮਹੱਲੇਦਾਰੀ, ਆਪਣੀ ਸਾਰੀ ਸਜਾ ਸਜਾਇਆ ਘਰ ਜਿਹੜਾ ਉਹਨੇ ਸਜਾਇਆ ਹੁੰਦਾ ਉਹ ਫਿਰ ਛੱਡ ਕੇ ਇੱਕ ਨਵੇਂ ਸਿਰੇ ਨਵੇਂ ਮਕਾਨ ਨੂੰ ਕਿਰਾਏ 'ਤੇ ਲੈ ਕੇ ਉਹਨੂੰ ਸਾਰੇ ਤਰ੍ਹਾਂ ਡੈਕੋਰੇਟ ਕਰਨਾ, ਨਵੇਂ ਮਹੱਲੇਦਾਰੀ, ਨਵੇਂ ਬੱਚਿਆਂ ਦੇ ਦੋਸਤ ਬਣਨੇ, ਬੜਾ ਮੁਸ਼ਕਲ ਹੁੰਦਾ, ਬੜਾ ਟਾਈਮ ਲੱਗਦਾ। ਲੇਕਿਨ ਇਹ ਜਿਹੜਾ ਵਿਛੋੜਾ ਇਹ ਇਹਦੇ ਨਾਲੋਂ ਹੋਰ ਨਵੀਅਤ ਦਾ ਆ। ਇਹ ਤਾਂ ਇੱਕ ਛੋਟੀ ਜਿਹੀ ਮਿਸਾਲ ਦਿੱਤੀ ਆ, ਇਹਦੇ ਵਿੱਚ ਵੀ ਬੇਸ਼ੁਮਾਰ ਤਕਲੀਫਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ। ਲੇਕਿਨ ਜਿਹੜਾ ਇੱਕ 47 ਦਾ ਵਿਛੋੜਾ ਸੀ ਇਹਦੇ ਵਿੱਚ ਤਾਂ ਅਗਲੀ ਮੰਜ਼ਿਲ ਦਾ ਵੀ ਕੋਈ ਨਹੀਂ ਸੀ ਪਤਾ ਵੀ ਆਪਾਂ ਕਿੱਥੇ ਜਾਣਾ ਆ, ਕਿਹੜਾ ਸ਼ਹਿਰ ਜਾਂ ਕਿਹੜਾ ਪਿੰਡ ਸਾਡਾ ਮਸਕਨ ਬਣੇਗਾ। ਸਾਰਾ ਕੁਛ ਰਾਤੋਂ ਰਾਤ ਛੱਡ ਕੇ ਆਪਣੀਆਂ ਜਾਨਾਂ ਬਚਾ ਕੇ ਨਿਕਲਣ ਦਾ ਆਰਡਰ ਮਿਲ ਗਿਆ, ਸਾਰੇ ਮਹੱਲੇਦਾਰੀਆਂ ਵਸੇਬ ਆਂਢ ਗੁਆਂਢ ਭਾਈਚਾਰੇ ਛੱਡ ਕੇ ਰਾਤੋਂ ਰਾਤ ਬਗੈਰ ਮਿਲਿਓ ਆਪਣੀਆਂ ਜਾਨਾਂ ਦੀ ਪਰਵਾਹ ਕਰਦੇ ਹੋਇਆਂ ਵੀ ਹੁਣ ਵੀ ਮਰੇ ਤਾਂ ਹੁਣ ਵੀ ਮਰੇ, ਇਹ ਸੋਚ ਲੈ ਕੇ ਆਪਣੇ ਪਾਕਿਸਤਾਨ ਦੇ ਵਿੱਚ ਆਏ। ਅੱਗੋਂ ਗੌਰਮੈਂਟਾਂ ਦੇ ਰਹਿਮੋ ਕਰਮ ਕਿੱਥੇ ਉਹਨਾਂ ਨੂੰ ਜਗ੍ਹਾ ਦਿੰਦੇ ਆ, ਕਿੰਨੀਆਂ ਜ਼ਮੀਨਾਂ ਛੱਡ ਕੇ ਉਹ ਮਿਲਦੀਆਂ, ਇੱਕ ਨਵੇਂ ਸਿਰੇ ਤੋਂ ਜ਼ਿੰਦਗੀ, ਖਾਲੀ ਜੇਬ, ਖਾਲੀ ਹੱਥ, ਕੋਈ ਸ਼ੈ ਨਹੀਂ, ਅਮੀਰੀ ਤੋਂ ਫਕੀਰੀ ਦਾ ਸਫ਼ਰ, ਇਹ ਸਾਰਾ ਬਰਦਾਸ਼ਤ ਕਰਕੇ ਇੱਥੇ ਪਹੁੰਚੇ ਆ। ਔਰ ਨਵੀਂ ਨਸਲ ਨੂੰ ਸ਼ਾਇਦ ਇਹ ਸਾਰਾ ਕੁਝ ਸਮਝਣ ਲਈ ਬਹੁਤ ਗੌਰ ਨਾਲ ਸੋਚਣਾ ਸਮਝਣਾ ਪੈਣਾ, ਫਿਰ ਜਾ ਕੇ ਇਹਨਾਂ ਦੀ ਤਕਲੀਫ, ਇਹਨਾਂ ਦੀ ਜਿਹੜੀ ਉਹ ਮੁਸੀਬਤ ਝੱਲ ਕੇ ਆਏ ਆ ਉਹਨਾਂ ਨੂੰ ਅਸੀਂ ਸਮਝ ਸਕਦੇ ਹਾਂ ਕਿ ਇਹ ਬਜ਼ੁਰਗ ਸਾਡੇ ਲਈ ਕੀ ਹੈਸੀਅਤ ਰੱਖਦੇ ਆ, ਇਹਨਾਂ ਦਾ ਕੀ ਮੁਕਾਮ ਆ ਸਾਡੀਆਂ ਜ਼ਿੰਦਗੀਆਂ 'ਚ, ਸਾਡੇ ਜਿਹੜਾ ਆਜ਼ਾਦ ਮੁਲਕ 'ਚ ਅਸੀਂ ਰਹਿ ਰਹੇ ਇਹਦੇ ਵਿੱਚ ਇਹਨਾਂ ਦਾ ਕਿੰਨਾ ਹਿੱਸਾ ਆ। ਹੁਣ ਅਸੀਂ ਜੀ ਆਪਣੇ ਮਹਿਮਾਨ ਦੇ ਨਾਲ ਸਾਰੀ ਗੱਲਬਾਤ ਸਾਂਝੀ ਕਰਦੇ ਹਾਂ ਔਰ ਉਹਨਾਂ ਕੋਲ ਪੁੱਛਦੇ ਹਾਂ ਵੀ ਉਹ ਕਿਹੜੇ ਜ਼ਿਲ੍ਹੇ 'ਚ ਉੱਠ ਕੇ ਆਏ ਆ, ਕਿਹੜਾ ਤਹਿਸੀਲ ਸੀ ਉਹਨਾਂ ਦੀ, ਪਿੰਡ ਕਿਹੜਾ ਸੀ, ਉਹ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਰੂਬਰੂ ਕਰਦੇ ਜੀ। ਅਸਲਾਮ ਅਲੈਕਮ ਜੀ। ਬੂਆ ਜੀ ਕੀ ਹਾਲ ਆ? ਚੰਗਾ ਜੀ, ਤੁਸੀਂ ਸੁਣਾ ਰਹੇ ਹੋ? ਥੋੜਾ ਜਿਹਾ ਆਪਣਾ ਨਾਂ ਦੱਸਿਓ, ਜ਼ਰਾ ਉੱਚੀ ਬੋਲਣਾ। ਨਜ਼ੀਰਾਂ ਬੀਬੀ। ਨਜ਼ੀਰਾਂ ਬੀਬੀ ਜੀ, ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ? ਫਜ਼ਲ ਮੁਹੰਮਦ। ਫਜ਼ਲ ਮੁਹੰਮਦ। ਅੱਛਾ ਜੀ, ਇੰਡੀਆ ਦੇ ਵਿੱਚ ਆਪਾਂ ਕਿਹੜੇ ਪਿੰਡ 'ਚ ਰਹਿੰਦੇ ਸੀ? ਮਿਆਣੀ। ਹਾਂਜੀ, ਮਿਆਣੀ। ਮਿਆਣੀ ਤਹਿਸੀਲ ਇਹਦੀ, ਜ਼ਿਲ੍ਹਾ ਲੁਧਿਆਣਾ ਹੀ ਸੀਗਾ? ਲੁਧਿਆਣਾ। ਲੁਧਿਆਣਾ ਤਹਿਸੀਲ ਅਤੇ ਲੁਧਿਆਣਾ ਹੀ ਜ਼ਿਲ੍ਹਾ। ਮਿਆਣੀ ਦੇ ਆਲੇ ਦੁਆਲੇ ਦੇ ਕੋਈ ਪਿੰਡ ਯਾਦ ਆ ਆਪਾਂ ਨੂੰ? ਹਾਂਜੀ ਦੱਸੋ। ਚੌਂਤਾ। ਚੌਂਤਾ
ਫਿਰ ਰਤਨਗੜ੍ਹ, ਅੱਛਾ ਇੱਕ ਬਲੀਆਲ, ਬਲੀਆਲ ਤੇ ਸਲੈਂਪਰ, ਸਲੀਮਪੁਰਾ, ਕਾਲੇਆਲ, ਸਿੱਧੂਆਂ ਬੇੜ ਦੇ ਕੋਲ, ਅੱਛਾ ਕਾਲੇਆਲ, ਕਾਲੇਆਲ ਠੀਕ ਆ। ਇਹਨਾਂ ਪਿੰਡਾਂ ਦਾ ਮੈਨੂੰ ਪਤਾ ਹੈ, ਸਾਡੇ ਆਸ ਪਾਸ ਸੀਗੇ। ਅੱਛਾ, ਆਪਣੀ ਉਮਰ ਕਿੰਨੀ ਸੀ ਉਦੋਂ ਜਦੋਂ ਉਜਾੜਾ ਪਿਆ? ਹੋਣੀ ਆ ਕੋਈ 8-7 ਸਾਲ, ਯਾਨੀ ਪਤਾ ਆ? ਹਾਂ ਪਤਾ ਆ, ਠੀਕ ਆ। ਤਾਂ ਮੈਨੂੰ ਇਹ ਦੱਸੋ ਵੀ ਉਸ ਪਿੰਡ ਵਿੱਚ ਜਿਹੜੇ ਤੁਸੀਂ ਰਹਿੰਦੇ ਹੁੰਦੇ ਸੀ, ਮੁਸਲਮਾਨ ਹੀ ਰਹਿੰਦੇ ਸੀ ਜਾਂ ਸਿੱਖ ਹਿੰਦੂ ਵੀ ਸੀਗੇ? ਸਾਰੇ ਮੁਸਲਮਾਨ, ਇੱਕ ਖੱਤਰੀਆਂ ਦਾ ਘਰ ਸੀਗਾ। ਅੱਛਾ ਜੀ, ਸ਼ਿਵਜੀ ਖੱਤਰੀ ਦਾ, ਸ਼ਿਵਜੀ ਉਹਦਾ ਨਾਂ ਸੀ? ਸ਼ਿਵਜੀ। ਅੱਛਾ, ਉਹਦੇ ਮੁੰਡੇ ਦੇ ਨਾਂ ਰਾਮ ਸੀਗਾ, ਰਾਮ, ਉਹ ਸਾਡੇ ਵਰਗਾ ਹੁੰਦਾ ਸੀਗਾ, ਛੋਟਾ ਜਿਹਾ, ਛੋਟਾ ਜਿਹਾ ਸੀ ਤੁਹਾਡਾ, ਆਮ ਉਮਰ ਸੀਗਾ, ਹਾਣੀ ਸੀ ਤੁਹਾਡਾ। ਇੱਕ ਸੀਗਾ ਤਖਾਣਾ ਦਾ, ਹਿੰਦੂਆਂ ਦਾ ਘਰ। ਉਹਨਾਂ ਦਾ ਕੀ ਨਾਂ ਸੀ? ਉਹਨਾਂ ਦਾ ਬੜੇ ਭਾਈ ਦਾ ਨਾਮ ਮਿਲਖੀ, ਅੱਛਾ ਜੀ, ਛੋਟੇ ਦਾ ਤੇ ਸਦੂ, ਸਦਾ ਰਾਮ। ਹਾਂਜੀ, ਸਦਾ ਰਾਮ। ਇੱਕ ਭਰਾ ਦਾ ਨਾਂ ਸਦਾ ਰਾਮ ਸੀਗਾ। ਅੱਛਾ, ਸ਼ਰਦਾ ਰਾਮ ਹੋਣਾ। ਹਾਂ, ਸ਼ਰਦਾ ਰਾਮ ਹੋਣਾ। ਅੱਛਾ, ਏਦਾਂ ਹੀ ਕਹਿੰਦੇ ਹੁੰਦੇ ਸੀਗੇ, ਠੀਕ ਆ। ਤੇ ਇੱਕ ਉਹਨਾਂ ਦਾ ਮੁੰਡਾ ਹੁੰਦਾ ਸੀਗਾ ਉਮਾ, ਇੱਕ ਭਗਤਾ, ਅੱਛਾ ਜਗਤਾ, ਜਗਤਾ ਭਗਤਾ। ਹਾਂ ਠੀਕ ਆ, ਉਹ ਵੀ ਸਾਡੇ ਮੰਗਣੇ ਹੁੰਦੇ ਸੀ ਛੋਟੇ ਛੋਟੇ ਜ਼ਿਆਦਾ। ਤੁਹਾਡੇ ਫਿਰ ਵਿੱਚ ਹੀ ਰਹਿੰਦੇ ਸੀ, ਵਸੇਬ ਵਿੱਚ ਹੀ ਸਾਂਝਾ ਹੀ ਹੋਣਾ? ਚੰਗਾ ਵਸੇਬ ਸੀਗਾ ਉਦੋਂ ਬਹੁਤ ਉਹਨਾਂ ਦਾ ਸਾਡੇ ਨਾਲ। ਅੱਛਾ, ਸਰਕਾਰ ਤੇ ਸੀਗੇ ਉਧਰ ਉਧਰ ਹੀ ਦੇਣ ਲੈਣ। ਆ ਹਾਂਡੀ ਭਾਜੀ ਦਾ ਜਿਹੜਾ ਹੁੰਦਾ ਪਿੰਡਾਂ ਥਾਵਾਂ ਵਿੱਚ, ਪਿਆਰ ਸੀਗਾ ਉਹਨਾਂ ਦਾ। ਠੀਕ ਆ, ਦੋਏ ਘਰ ਸੀਗੇ ਪਾਸੇ ਹੋਰ ਸਾਰੇ। ਆਹ ਦੇਖ ਲਓ ਜੀ, ਉਹ ਦੋ ਘਰ ਅਕਲੀਅਤ ਚ ਹੋ ਕੇ ਵੀ ਤੁਹਾਡੇ ਨਾਲ ਏਡੇ ਅੱਛੇ ਵਸੇਬ ਚ ਰਹਿ ਰਹੇ ਸੀਗੇ, ਤਾਂ ਜ਼ਾਹਰ ਆ ਤੁਹਾਡਾ ਵਸੇਬ ਵੀ ਉਹਨਾਂ ਨਾਲ ਚੰਗਾ ਹੀ ਹੋਣਾ। ਹਾਂਜੀ, ਕੀ ਗੱਲਾਂ ਬਾਤਾਂ ਯਾਦ ਆਪਣੇ ਦੇਸ਼ ਦੀਆਂ, ਆਪਣੇ ਪਿੰਡ ਦੀਆਂ? ਬਸ ਕਿੱਦਾਂ ਰਹਿੰਦੇ ਹੁੰਦੇ ਸੀ ਲੋਕ? ਪਿੰਡ ਜਿਹੜਾ ਸੀਗਾ ਨਾ, ਹਾਂ, ਬਲੀਆਲ ਤੋਂ ਲਾ ਕੇ ਰਤਨਗੜ੍ਹ ਤਾਈ ਦਰਿਆ ਸੀਗਾ ਖੜਾ। ਅੱਛਾ, ਜਦ ਪਿੱਛੋਂ ਦਰਿਆ ਵੱਡਾ ਸਾਰਾ ਉਛਲ ਜਾਂਦਾ ਹੁੰਦਾ ਸੀਗਾ, ਹਾਂਜੀ, ਸਲਾਬ ਆ ਜਾਂਦਾ ਹੁੰਦਾ ਸੀਗਾ, ਫਿਰ ਉਹ ਪਾਣੀ ਨਾ ਸਾਡੇ ਉਸ ਦਰਿਆ ਚ ਪੈ ਜਾਂਦਾ ਸੀਗਾ ਆ ਕੇ। ਅੱਛਾ, ਸਾਡੇ ਪਿੰਡ ਦੇ ਨਾਂ ਸੀਗਾ। ਅੱਛਾ, ਆ ਸਾਡਾ ਪਿੰਡ ਆ ਵਿਚਾਲੇ ਦਰਿਆ ਦੇ ਕੰਢੇ ਤੇ, ਬਲੀਆ ਨੂੰ ਸਿਰਾ ਲੱਗਦਾ ਸੀਗਾ, ਰਤਨਗੜ੍ਹ ਨੂੰ ਸਿਰਾ ਲੱਗਦਾ ਸੀਗਾ ਸਾਡਾ। ਅੱਛਾ, ਤੇ ਉਹਦੇ ਵਿੱਚ ਮਛਲੀ ਬਹੁਤ ਹੁੰਦੀ ਸੀਗੀ, ਸਿਘਾੜਾ ਵੀ ਦੇ ਹੁੰਦੇ ਸੀਗੇ। ਅੱਛਾ, ਮਛਲੀ ਬਹੁਤ ਸੀ, ਮਛਲੀ ਵੀ ਬਹੁਤ ਹੁੰਦੀ ਸੀ, ਮਛੇਰਿਆਂ ਦੀ ਤਾਂ ਫਿਰ ਉੱਥੇ ਚੰਗੀ। ਸਿਘਾੜਾ ਵੀ ਬਹੁਤ ਹੁੰਦਾ ਸੀਗਾ ਉਹਦੇ ਵਿੱਚ, ਤੇ ਉਹ ਇੰਨਾ ਕੁ ਸਾਨੂੰ ਪਤਾ। ਸਿਘਾੜੇ, ਸਿਘਾੜੀਆਂ ਨੇ ਨਾ ਉਹ ਲੈ ਕੇ ਆਪਣਾ ਠੇਕੇ ਤੇ ਦਰਿਆ, ਮਛਲੀ ਵੀ ਫੜਨੀ ਤੇ ਫਿਰ ਉਹ ਸਿਘਾੜਾ ਵੀ। ਅੱਛਾ, ਫਿਰ ਉਹ ਭਰ ਭਰ ਕੇ ਇੱਧਰ ਨੂੰ ਗੱਡੀਆਂ ਆਉਣੀਆਂ ਉਹਨਾਂ ਦੀਆਂ, ਪਤਾ ਨਹੀਂ ਕਿੱਥੇ ਲੈ ਕੇ ਜਾਂਦੇ ਹੋਣਗੇ। ਅੱਛਾ ਜੀ, ਤੇ ਫਿਰ ਸਾਡੇ ਜਿਹੜਾ ਉਹ ਫਿਰ ਉਹਨਾਂ ਦਾ ਰੋਜ਼ਗਾਰ ਦਾ ਸਿਲਸਿਲਾ ਸੀ ਨਾ ਜੀ। ਹਾਂਜੀ ਹਾਂਜੀ, ਸ਼ਹਿਰਾਂ 'ਚ ਲਿਜਾ ਕੇ ਵੇਚਦੇ ਹੋਣੇ ਆ। ਹਾਂ ਹਾਂ, ਫਿਰ ਉਹ ਸਾਡੇ ਹੁੰਦੀ ਸੀਗੀ ਦਰਿਆ ਪਾਰ ਰੇਤਲੀ ਜ਼ਮੀਨ। ਅੱਛਾ, ਆ ਉਧਰ ਲੁਧਿਆਣੇ ਚ ਮੂੰਗਫਲੀ ਵਗੈਰਾ ਬਹੁਤੀ ਬੀਜਦੇ ਹੁੰਦੇ ਸੀ, ਸ਼ਕਰਕੰਦੀ, ਮੂੰਗਫਲੀ, ਇਹ ਚੀਜ਼ ਬਹੁਤੀ ਬੀਜਦੇ ਸੀ, ਬਹੁਤ ਬੀਜਦੇ ਹੁੰਦੇ ਸੀਗੇ ਮੂੰਗਫਲੀ। ਹੁਣ ਤਾਂ ਜੀ ਲੁਧਿਆਣਾ ਬਹੁਤ ਟਾਪ ਤੇ ਜਾ ਰਿਹਾ ਆ, ਬੜੀਆਂ ਮਹਿੰਗੀਆਂ ਜ਼ਮੀਨਾਂ ਹੋ ਗਈਆਂ, ਤਾਂ ਇੱਧਰ ਆ ਉਦਾਂ ਹੀ ਉੱਥੇ ਹੋਏ, ਉਦਾਂ ਹੀ ਉੱਧਰ ਆ, ਬਿਲਕੁਲ ਬਿਲਕੁਲ। ਹਾਂ, ਨਵਾਂ ਹੀ ਕੰਮ। ਹਾਂਜੀ, ਤੇ ਉੱਥੇ ਮੂੰਗਫਲੀ ਸਾਡੀ ਬਹੁਤ ਹੁੰਦੀ ਸੀਗੀ। ਅੱਛਾ, ਫਿਰ ਉੱਥੇ ਮੂੰਗਫਲੀ ਪੱਟਣੀ ਰੰਬਿਆਂ ਦੇ ਨਾਲ, ਰੇਤੇ ਉਹਨੂੰ ਪਾਣੀ ਪੂਣੀ ਨਸ ਲੱਗਦਾ ਹੁੰਦਾ, ਪਾਣੀ ਉਹਦੀ ਆਪਣੀ ਨਵੀਂ ਹੋ ਜਾਂਦੀ ਸੀ, ਬਾਰਿਸ਼ਾਂ ਦੇ ਨਾਲ ਹੀ ਹੁੰਦੀ ਹੁੰਦੀ ਸੀ, ਬਰਾਨੀ ਇਲਾਕੇ ਸੀ ਨਾ। ਹਾਂਜੀ, ਤੇ ਹੋਰ ਬਥੇਰੀਆਂ ਫਸਲਾਂ ਸਾਰੀਆਂ ਮਾਰੂ ਹੁੰਦੀਆਂ ਹੁੰਦੀਆਂ ਸੀਗੀਆਂ ਬਾਰਿਸ਼ਾਂ ਦੇ, ਆਂਢ ਗੁਆਂਢ ਦੇ ਪਿੰਡਾਂ ਵਿੱਚ ਵੀ ਇਹ ਸਿੱਖ ਜਾਂ ਹਿੰਦੂ ਹੈਗੇ ਸੀਗੇ, ਇਹੀ ਸਿਲਸਿਲਾ ਸੀਗਾ ਆਂਢ ਗੁਆਂਢ ਦੇ। ਉਹਨਾਂ ਦੀ ਵੀ ਕੋਈ ਜਾਣਕਾਰੀ ਹੈਗੀ ਆ? ਨਹੀਂ, ਉਹਨਾਂ ਦੀ ਸਾਨੂੰ ਨਹੀਂ ਪਤਾ। ਅੰਮਾ ਜੀ, ਆਪਣੇ ਆਲੇ ਦੁਆਲੇ ਜਿਹੜੇ ਪਿੰਡ ਸੀ, ਆਪਣੀ ਰਿਸ਼ਤੇਦਾਰੀਆਂ ਕਿਹੜਾ ਕਿਹੜਾ ਪਿੰਡਾਂ 'ਚ ਸੀਗੀਆਂ? ਭੈਣੀ, ਝੁੰਗੀਆਂ, ਅੱਛਾ ਦੁਆਬਾ, ਅੱਛਾ ਏਦਾਂ ਦੇ ਪਿੰਡਾਂ 'ਚ ਸੀਗੀਆਂ। ਮਾਸੀਆਂ ਆਪਣੀਆਂ ਉੱਥੇ ਹੋਣੀਆਂ, ਹੁੰਦੀਆਂ ਸੀ ਢਾਏ 'ਚ ਲਲੋੜੀ। ਲਲੋੜੀ ਪਿੰਡ ਦੇ ਬਾਰੇ ਕਿੰਨਾ ਕੁ ਜਾਣਦੇ? ਬੜਾ ਮਸ਼ਹੂਰ ਪਿੰਡ ਸੀ, ਜਾਣਦੇ ਨੇ ਉਹ ਸਾਡੇ ਨਾ ਗੁਜਰਾਂ ਦੇ ਪਿੰਡ ਸੀਗਾ ਉਹ ਸਾਰਾ। ਹਾਂਜੀ ਹਾਂਜੀ, ਹਾਜੀ ਸਾਖ ਹੁਣਾਂ ਦਾ ਜਿਹੜੇ ਪੈੜੇ ਵਾਲ ਬੈਠੇ ਆ ਗਏ, ਹਮਲਾ ਬਹੁਤ ਹੋਇਆ ਸੀਗਾ ਉੱਥੇ, 450 ਬੰਦਾ ਮਰਿਆ ਸੀ ਉੱਥੇ, 450 ਜਾਂ 4000 ਇੰਨਾ ਬੰਦਾ ਮਰਿਆ ਸੀ ਉੱਥੇ, ਕੋਈ ਕਿਸਮਤ ਵਾਲਾ ਹੀ ਨਿਕਲਿਆ ਨਹੀਂ, ਸਾਰੇ ਹੱਡੀਆਂ ਖੋਪੜੀਆਂ ਹਜੇ ਤੇ ਨਿਕਲਦੀਆਂ ਉਸ ਪਿੰਡਾਂ 'ਚ। ਹਾਂ ਹਾਂ, ਉਹ ਨਾ
ਇੱਥੇ ਤਾਂ ਹੀ ਸੀਗੀਆਂ, ਹੋਰ ਤਾਂ ਮੈਨੂੰ ਪਤਾ ਨਹੀਂ ਵੀ ਜਾਣੀ ਸਾਡੇ ਪਿੰਡ ਪਿੰਡ ਦੀ ਆਸ ਗੁਆਂਢ ਦੀਆਂ ਜਿਹੜੀਆਂ ਰਿਸ਼ਤੇਦਾਰੀਆਂ ਉਹਨਾਂ ਦਾ ਥੋੜਾ ਬਹੁਤ ਪਤਾ, ਉਹ ਵੀ ਇੱਧਰ ਆ ਕੇ ਪਤਾ ਲੱਗਿਆ ਵੀ ਏਦਾਂ ਬੁੜੀਆਂ ਗੱਲਾਂ ਕਰਦੀਆਂ ਹੁੰਦੀਆਂ ਸੀਗੀਆਂ ਸਾਡੇ ਸਿਆਣੇ ਵੀ ਫਲਾਣੇ ਪਿੰਡ ਦੇ ਫਲਾਣੇ ਪਿੰਡ ਫਲਾਣਾ ਵਿਆਹਿਆ ਸੀਗਾ ਫਲਾਣੀ ਵਿਆਹੀ ਸੀਗੀ ਫਲਾਣੇ ਪਿੰਡ ਏਦਾਂ ਕਰਕੇ ਪਤਾ ਸੀਗਾ। ਨਾਨਕੇ ਆਪਣੇ ਕਿਹੜੇ ਪਿੰਡ ਸੀ? ਸਾਡੇ ਪਿੰਡ 'ਚ ਪਿੰਡ 'ਚ ਹੀ ਨਾਨਕੇ ਸੀ, ਨਾਨਕੇ ਵੀ ਪਿੰਡ 'ਚ। ਅੱਛਾ ਅੱਛਾ। ਆਪਣੇ ਪਿੰਡ ਦੇ ਕੋਈ ਚੌਧਰੀ ਬੰਦੇ ਦਾ ਨਾਂ ਦੱਸੋ, ਕਿਹੜਾ ਬੰਦਾ ਆਪਣੇ ਪਿੰਡ 'ਚ ਚੌਧਰੀ ਸੀ? ਉਹਦੇ ਨਾਂ ਸੀਗਾ ਕੋਈ ਨੀ ਯਾਦ ਕਰ ਲਓ, ਬੜਾ ਇੱਕ ਹੋਣਾ, ਕਈ ਚੌਧਰੀ ਹੋਣੇ ਆ, ਚਾਰ ਹੁੰਦੇ ਆ ਨਾ। ਮੱਥੇ ਤੇ ਬੂਹਾ ਬਟਨ ਲੱਗੇ ਆ ਯਾਦ ਕਰਨ ਵਾਲੇ, ਥੱਲੇ ਕਰ ਲਓ ਹੱਥ। ਅੱਛਾ ਅੱਛਾ। ਤੇ ਅੱਤਾ ਅੱਤਾ ਮਹੰਦ। ਅੱਛਾ, ਬੜਾ ਚੌਧਰੀ। ਅੱਛਾ, ਇੱਕ ਹੋਰ ਚੌਧਰੀ ਉਹਨੂੰ ਕਹਿੰਦੇ ਹੁੰਦੇ ਸੀਗੇ, ਉਹ ਹੈਗਾ ਸੀਗਾ ਰੁਕਣਾ। ਰੁਕਣਾ, ਇਹ ਕਿੱਥੇ ਬੈਠੇ ਪਾਕਿਸਤਾਨ ਚ ਆ ਕੇ, ਪਤਾ ਕੋਈ? ਉਹ ਰੁਕਨੇ ਦੇ ਤਾਂ ਬੈਠੇ ਮਲਤਾਨ, ਮਲਤਾਨ ਮਤਾਨ ਦਾ ਪਤਾ ਨੀ 18 ਤੱਕ ਪਤਾ ਨੀ ਕਿਹੜਾ ਹੋਊਗਾ। ਅੱਛਾ ਜੀ। ਅੱਤਾ, ਤੇ ਜਿਹੜਾ ਅੱਤਾ ਆ ਤਾਂ ਅੱਤੇ ਦੀ ਔਲਾਦ ਇੱਥੇ 97 ਲੈਣ ਦੇ ਨਾਲ ਨਾਲ 97 ਨੀ ਇੱਥੇ। ਹਾਂਜੀ ਇੱਥੇ। ਅੱਛਾ, ਇਹ ਕਿਹੜੇ ਬਰਾਦਰੀ ਦੇ? ਗੁੱਜਰ ਸੀਗੇ, ਗੁੱਜਰੇ। ਅੱਛਾ, ਉਹ ਵੀ ਗੁੱਜਰੇ ਸੀਗੇ, ਬਹੁਤ ਗੁੱਜਰੇ ਸੀਗੇ ਸਾਰੇ। ਅੱਛਾ, ਆਪਣੀ ਕੌਮ ਕਿਹੜੀ ਸੀ? ਆਪਣੀ ਫਕੀਰ। ਅੱਛਾ ਜੀ, ਠੀਕ ਆ। ਜ਼ਮੀਨ ਸਾਡੀ ਵੀ ਹੈਗੀ ਸੀਗੀ, ਜ਼ਮੀਨਦਾਰ ਸੀਗੇ ਤੁਸੀਂ? ਜ਼ਮੀਨਦਾਰਾ ਕਰਦੇ ਹੁੰਦੇ ਸੀਗੇ। ਅੱਛਾ, ਆਪਾਂ ਮੇਰਾ ਵਪਾਰ ਕਰਦਾ ਹੁੰਦਾ ਸੀਗਾ। ਕਿਹੜੀ ਸ਼ਾਇਦ? ਡੰਗਰਾਂ ਦਾ, ਮੱਝਾਂ ਮੁੱਝਾਂ ਦਾ, ਮੱਝਾਂ ਦਾ। ਠੀਕ ਆ। ਮਾਮੇ ਮੇਰੇ ਬਾਈ ਕਰਦੇ ਹੁੰਦੇ ਸੀਗੇ, ਸਾਡੀ ਆਪਣੀ ਵੀ ਜ਼ਮੀਨ ਸੀਗੀ, ਠੇਕੇ ਬਟਾਈ, ਠੇਕੇ ਬਟਾਈ ਤੇ ਵੀ ਲੈ ਕੇ ਜਾਣੀ, ਬਾਈ ਬੀਜੀ ਦਾ ਕੰਮ ਬਹੁਤਾ ਸੀਗਾ, ਸੋਹਣਾ ਕੰਮ ਸੀਗਾ, ਕਾਰੋਬਾਰ ਸੋਹਣਾ ਸੀਗਾ। ਹਾਂ, ਕਾਰੋਬਾਰ ਵੀ ਸਾਡੇ ਸੋਹਣੇ ਸੀ। ਅੱਛਾ, ਮਾਸ਼ਾਅੱਲਾ। ਸ਼ਕਲਾਂ ਯਾਦ ਆ ਹੁਣ? ਕਿਤੇ ਬਚਪਨ ਦੀਆਂ ਮਾੜਾ ਮਾੜਾ ਖਵਾ ਮੰਗਣਾ ਹੀ ਆ, ਖਵਾ ਮੰਗਣ ਜਾਣੀ ਹੈਗਾ, ਝਲਕ ਹੈਗੀ ਆ ਹਲੇ। ਹਾਂ ਜਾਣੀ, ਉਹਨਾਂ ਦੇ ਨਾਵਾਂ ਦਾ ਸਾਨੂੰ ਪਤਾ, ਉਹ ਵੀ ਜੇ ਕਿਤੇ ਕਿਤੇ ਹੋਈਆਂ ਤਾਂ ਤੁਹਾਨੂੰ ਸੁਣ ਲੈਣਗੀਆਂ। ਏਦਾਂ ਸਾਡਾ ਪਿੰਡ ਸੀਗਾ, ਹਾਂ, ਨਾ ਘਰ, ਇਹਦੇ ਨਾਲ ਸਾਡੀਆਂ ਪਛਾੜੀਆਂ ਦੇ ਨਾਲ ਮਸਜਿਦ ਸੀਗੀ, ਤਖੀਆ ਸੀਗਾ, ਉਹਦੇ ਨਾਲ ਫਿਰ ਉਹਨਾਂ ਦੀਆਂ ਪਛਾੜੀਆਂ ਸੀਗੀਆਂ। ਅੱਛਾ ਜੀ। ਦੁਕਾਨ ਕਰਦੇ ਹੁੰਦੇ ਸੀਗੇ ਉਹ, ਨਾਲੇ ਆਪਣਾ ਲੋਹਾਰਾ ਦਿਖਾਉਣਾ ਵੀ ਕਰਦੇ ਹੁੰਦੇ ਸੀਗੇ, ਹਰ ਪੰਜਾਲੀਆਂ ਦਾ ਨਾਲੇ ਦੁਕਾਨ ਕਰਦੇ। ਬੂਆ ਜੀ, ਵਿਆਹ ਸ਼ਾਦੀਆਂ ਦਾ ਕਿੱਦਾਂ ਰਿਵਾਜ਼ ਸੀ ਉੱਥੇ? ਵਿਆਹ ਤਾਂ ਹੁਣ ਜਿਹੜੇ ਉਹਨਾਂ ਦੇ ਤਾਂ ਅਸੀਂ ਦੇਖੇ ਨੀ ਹੈਗੇ, ਨਾ ਸਾਨੂੰ ਪਤਾ। ਆਪਣੇ ਦੱਸੋ। ਸਾਡੇ ਆਪਣਿਆਂ ਦੇ ਤਾਂ ਬਥੇਰੇ, ਰਾਤਾਂ ਨੂੰ ਜੰਨਾ ਜਾਣੀਆਂ ਉੱਥੇ। ਅੱਛਾ, ਸਾਰੀ ਰਾਤ ਜੰਨ ਘੇਰੀ ਰੱਖਣੀ ਗਲੀਆਂ ਦੇ ਵਿੱਚ, ਨੰਗਾ ਨਾ ਦੇਣੇ, ਰਾਤਾਂ ਨੂੰ ਵਿਆਹ ਹੁੰਦੇ ਹੁੰਦੇ ਸੀਗੇ। ਅੱਛਾ, ਰਾਤਾਂ ਨੂੰ ਨਿਕਾਹ ਹੋਣੇ। ਅੱਛਾ, ਫਿਰ ਕਿਤੇ ਜਾ ਕੇ ਅੱਧੀ ਰਾਤ ਤੇ ਰੋਟੀ ਉਹਨਾਂ ਨੇ ਵਿਚਾਰੇ ਨੂੰ ਮਿਲਣੀ, ਨਿਕਾਹ ਨਕੂ ਹੋ ਕੇ ਆਲੂਆਂ ਦਾ ਛੋਰਾ ਖਾਂਦੇ ਹੋਣੇ ਆ? ਨਹੀਂ, ਹਾਂ, ਚੌਲ ਹੁੰਦੇ ਸੀਗੇ ਫਿਰ ਕੁੜੀਆਂ ਨੇ ਗਾਉਣਾ ਬਜਾਉਣਾ ਬਹੁਤ ਕੁਛ ਕਰਨਾ ਉਹਨਾਂ ਨੇ। ਆਹੋ, ਉਦੋਂ ਗੀਤ ਲੁਧਿਆਣੇ ਵਿੱਚ ਤਾਂ ਨਾਲੇ ਬਹੁਤ ਹੀ ਮਸ਼ਹੂਰੀ ਸੀ ਗੀਤ ਗਾਉਣ ਦੀ, ਸਾਰੀ ਰਾਤ ਫਿਰ ਬੰਦਿਆਂ ਨੇ ਨਾ। ਆਹ, ਹਜੇ ਵੀ ਜਿਹੜੇ ਇੱਥੇ ਸਾਡੇ ਪਾਕਿਸਤਾਨ 'ਚ ਲੁਧਿਆਣੀਆਂ ਬੈਠੇ ਆ, ਆਮ ਲੋਕਾਂ ਨਾਲੋਂ ਜ਼ਰਾ ਥੋੜ੍ਹੇ ਜਿਹੇ ਇਸ ਮਾਮਲੇ ਵਿੱਚ ਅੱਗੇ ਆ। ਸਿਆਣਿਆਂ ਨੇ ਫਿਰ ਜਾ ਕੇ ਦਬ ਕੇ ਦੇਣੇ ਉਹਨਾਂ ਨੂੰ, ਕੁੜੀਆਂ ਨੂੰ ਕਹਿਣਾ ਹਟੋ ਪਿੱਛੇ ਨੱਠੋ ਇੱਥੋਂ। ਸਿਆਣੇ ਤਾਂ ਆਪ ਸ਼ਕੀਨ ਹੁੰਦੇ ਸੀ ਲੁਧਿਆਣੀਏ, ਨਾਲੇ ਅੱਧਿਆਂ ਕਿਨੇ ਕਹੀ ਜਾਂਦੇ ਵਿੱਚ ਉਹ ਜਾਣ ਕੇ ਉਹ ਵਿੱਚ ਆਉਂਦੇ ਹੁੰਦੇ ਸੀ ਵੀ ਵਿੱਚ ਸ਼ੁਗਲ ਮੇਲਾ ਆਪਣਾ ਵੀ ਲਾ ਜਾਣਾ, ਸਿੱਟਣੀਆਂ ਦਵੋ, ਤੇ ਉਹ ਜਿਹੜਾ ਆਉਣਾ ਹੁੰਦਾ ਸੀ ਉਹਨੂੰ ਫਿਰ ਸਿੱਟਣੀਆਂ ਦੇਣ ਲੱਗ ਪੈਂਦੀਆਂ ਸੀ, ਉਹ ਫਿਰ ਅੰਦਰੋਂ ਅੰਦਰ ਖੁਸ਼ ਹੁੰਦਾ ਹੁੰਦਾ ਸੀ, ਨਾ ਕੋਈ ਪਤਾ ਹੁੰਦਾ ਸੀ ਖੁਣ ਸਦਾ ਨਾ ਕਿਸੇ ਦੇ, ਇਹ ਚੀਜ਼ਾਂ ਉਦੋਂ ਹੈ ਨਹੀਂ ਸੀਗੀਆਂ, ਮੁਹੱਬਤ ਜ਼ਿਆਦਾ ਸੀ, ਹਾਸੇ ਤਮਾਸੇ ਬਹੁਤ ਹੁੰਦੇ ਹੁੰਦੇ ਸੀ, ਬਸ ਇੰਨਾ ਕੁ ਪਤਾ। ਸਾਡੇ ਇੱਧਰ ਆ ਕੇ ਅਸੀਂ ਉੱਧਰ ਦਾ ਤਾਂ ਖੈਰ ਘੱਟੇ ਹੀ ਪਤਾ ਸੁਣਿਆ ਹੀ ਆ, ਇੱਧਰ ਆ ਕੇ ਅਸੀਂ ਬਹੁਤ ਇੱਥੇ ਸਾਡੇ ਪਿੰਡ 'ਚ ਇਹ ਕੁਛ ਕਰਦੇ ਹੁੰਦੇ ਸੀਗੇ। ਉਹ ਫਿਰ ਪਿੱਛੋਂ ਲੈ ਕੇ ਆਏ ਨਾ, ਰਸਮੋ ਰਿਵਾਜ਼ ਤਾਂ ਨਾਲ ਆ ਗਏ ਨਾ, ਉਹ ਨਾਲ ਆ ਗਿਆ, ਉਹ ਤਾਂ ਉੱਥੇ ਨਹੀਂ ਨਾ ਛੱਡ ਕੇ। ਪਿਛਲੀਆਂ ਵੀ ਗੱਲਾਂ ਸੁਣੀਆਂ, ਇੱਧਰ ਦੀਆਂ ਕੁਛ ਥੋੜ੍ਹੀਆਂ ਬਹੁਤੀਆਂ ਦੇਖੀਆਂ ਹੋਈਆਂ। ਅੱਛਾ, ਫਿਰ ਇਹ ਸਾਰੇ ਸੂਰਤ ਹਾਲ ਵਿੱਚ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਆਪਾਂ ਹੁਣ ਇੱਥੋਂ ਚਲੇ ਜਾਣਾ ਹੈ? ਸਾਨੂੰ ਉੱਥੋਂ, ਹਾਂ, ਇੰਡੀਆ 'ਚੋਂ, ਦੇਸ ਆਪਣੇ 'ਚੋਂ, ਉੱਥੋਂ। ਸਾਡੇ ਦਾਦਾ ਮੇਰਾ ਪਹਿਲਾਂ ਇੱਥੇ ਰਹਿ ਕੇ ਗਿਆ ਸੀਗਾ। ਕਿੱਥੇ?
250 ਕਿੱਥੇ ਗਾ? ਉਹ ਹੈਗਾ ਆਹ ਦੂਆ ਨੀ ਹੈਗਾ ਚੋਰੀ ਚਾਰੀ ਹੋ ਗਈ ਮੇਰੇ ਦਾਦੇ ਦੀ, ਫਿਰ ਉਹ ਨਾ ਉਧਰ ਨੂੰ ਚਲੇ ਗਿਆ ਸਾਡੇ, ਕਿਉਂ ਸਾਰੇ ਜੀ ਤਾਂ ਰਿਸ਼ਤੇਦਾਰ ਉਧਰ ਹੀ ਸੀਗੇ। ਅੱਛਾ, ਉੱਥੇ ਇਹਨਾਂ ਦੇ ਰਿਸ਼ਤੇਦਾਰ ਮੇਰੇ ਦਾਦੇ ਦੇ ਹੋਣਗੇ, ਚਾਚਿਆਂ ਤਾਇਆਂ ਦੇ ਕੋਈ ਤਾਂ ਰਹਿੰਦੇ ਹੁੰਦੇ ਸੀਗੇ, ਫਿਰ ਉੱਥੇ ਚਲੇ ਗਏ। ਅੱਛਾ, ਉੱਥੇ ਫਿਰ ਅਸੀਂ ਸਾਰੇ ਮੇਰੇ ਦਾਦੇ ਨੇ ਕਹਿਣਾ ਪਾਕਿਸਤਾਨ ਬਣਨਾ ਆ, ਆਪਾਂ ਨੇ ਇੱਥੇ ਉੱਜੜ ਕੇ ਚੱਲ ਜਾਣਾ। ਮੇਰੇ ਅੱਬਾ ਜੀ ਉਹ ਖਬਰਾਂ ਰੇਡੀਓ 'ਚ ਸੁਣਦੇ ਹੋਣੇ ਨਾ, ਮੇਰੇ ਅੱਬੇ ਹੋਣਾਂ ਨੂੰ ਕਹਿਣਾ ਵੀ ਤੂੰ ਫਜ਼ਲ ਮੁਹੰਮਦ ਇੱਦਾਂ ਕਰ ਵੀ ਤੁਸੀਂ ਚਲੇ ਜਾਵੋ। ਅੱਛਾ, ਬਾਹਰ ਕਹਿੰਦੇ ਹੁੰਦੇ ਸੀਗੇ, ਬਾਹਰ 'ਚ ਚੱਲ ਜਾਓ, ਨਵੀਂ ਆਬਾਦ ਹੋਈ ਸੀ ਨਾ। ਹਾਂ, ਬਾਹਰ 'ਚ ਚਲੇ ਜਾਵੋ ਤੁਸੀਂ ਅਤੇ ਇੱਥੋਂ ਛੱਡਣਾ ਪੈਣਾ ਇਹ ਮੁਲਕ। ਅੱਛਾ, ਮੇਰੇ ਅੱਬੇ ਹੋਣਾਂ ਨੇ ਗੱਲੇ ਨਾ ਗਾਉਣ ਲਈ, ਉਹ ਕਹਿੰਦੇ ਅਸੀਂ ਐਵੇਂ ਚੱਲ ਜਾਈਏ, ਅਸੀਂ ਖਾਣ ਜਾਈਏ ਆਪਣੇ ਘਰੇ ਘਰ ਭਰੇ ਭਰਾਏ ਕਿੱਦਾਂ ਛੱਡ ਕੇ ਚੱਲ ਜਾਵਾਂਗੇ, ਅਸੀਂ ਨਹੀਂ ਜਾ ਸਕਦੇ। ਮੇਰੇ ਅੱਬਾ ਜੀ ਬਹੁਤ, ਮੇਰੇ ਦਾਦੇ ਨੇ ਕਹਿਣਾ 2 ਸਾਲ ਪਹਿਲਾਂ, ਕਹਿਣਾ ਨਹੀਂ ਜਾਣਾ ਪੈਣਾ ਇੱਥੇ। ਅੱਛਾ, ਉਹ ਸਾਰਿਆਂ ਲੋਕਾਂ ਨੇ ਹੋਰਨਾਂ ਨੇ ਮੇਰੇ ਦਾਦੇ ਨੂੰ ਮਖੌਲ ਕਰਨੇ, ਕਹਿਣਾ ਵੀ ਇਹ ਆਪ ਨੂੰ ਜਾਏ ਉੱਥੇ ਬਾਹਰ 'ਚ, ਹੁਣ ਸਾਨੂੰ ਵੀ ਕਹਿੰਦਾ ਵੀ ਤੁਸੀਂ ਵੀ ਚੱਲੋ। ਅੱਛਾ, ਕਿਉਂ ਅਸੀਂ ਜਾਈਏ, ਸਾਡੇ ਕੋਲ ਹੈ ਨਹੀਂ ਕੁਛ ਹੈ ਇੱਥੇ। ਚਲੋ ਜੀ, ਫਿਰ ਨਾ ਇੱਦਾਂ ਹੁੰਦੀ 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 ਫਿਰ ਇੰਨਾ ਕੁ ਪਤਾ ਲੱਗਿਆ ਬਈ ਇਹ ਨਾ ਮੁਸਲਮਾਨ ਤਾਂ ਹਿੰਦੂ ਲੋਕ ਵੀ ਇਹ ਨਾ ਕੁਰਬਾਨੀਆਂ ਕਰਨ ਨਹੀਂ ਦਿੰਦੇ ਹੈਗੇ। ਉਹ ਤਾਂ ਫਿਰ ਇੰਨੇ ਸਦੀਆਂ ਤੋਂ ਰਹਿੰਦੇ ਸੀ, ਉਦੋਂ ਤਾਂ ਇੱਕ ਸਿਰਫ ਇੱਕ ਹਵਾ ਦਿੱਤੀ ਗਈ ਸੀ ਨਾ ਇਸ ਚੀਜ਼ ਨੂੰ, ਬੁਨਿਆਦ ਬਣਾਇਆ ਗਿਆ ਸੀਗਾ, ਪਹਿਲੇ ਦਿੰਦੇ ਲੈਂਦੇ ਸੀ ਸਾਰਾ ਕੁਛ, ਆਉਣ ਜਾਣ ਦਾ ਇਹ ਬਣਾਇਆ ਸੀਗਾ ਸਿਸਟਮ, ਇਹ ਤਾਂ ਉੱਠਣਾ ਵੀ ਹੈ ਨਾ ਸੀ। ਸਦੀਆਂ ਤੋਂ ਰਹਿ ਰਹੇ ਸੀ ਇੱਕ ਜਗ੍ਹਾ, ਫਿਰ ਜੇ ਉੱਥੇ ਲੜਾਈ ਉੱਥੇ ਕਦੇ ਕਹਿਣਾ ਉੱਥੇ ਫਲਾਣੇ ਤੋਂ ਬੰਬ ਸਿੱਟ ਤਾ, ਉੱਥੇ ਲੜਾਈ ਹੋ ਪਈ, ਉੱਥੇ ਇੰਨੇ ਬੰਦੇ ਮਰ ਗਏ, ਉੱਥੇ ਇੱਦਾਂ ਹੁੰਦੀ ਹੁੰਦੀ ਸਾਰ ਕੇ ਵਾਧਾ ਹੋ ਗਿਆ। ਅੱਛਾ, ਫਿਰ ਉਹ ਚੜ ਪਏ ਸਿੱਖ, ਉਹਨਾਂ ਨੇ ਲੈ ਕੇ ਹਥਿਆਰ ਆਪਣੇ ਨਾ ਪਿੰਡਾਂ ਨੂੰ ਘੇਰਾ ਪਾ ਲੈਣਾ, ਅੱਗਾਂ ਲਾ ਦੇਣੀਆਂ ਮਕਾਨਾਂ ਨੂੰ, ਬੰਦੇ ਮਾਰ ਦੇਣੇ, ਕੋਈ ਨੱਠ ਭੱਜ ਗਿਆ ਵਿੱਚੋਂ, ਕੋਈ ਉੱਦਾਂ ਇੱਦਾਂ ਹੀ ਹੁੰਦੀ ਹੁੰਦੀ। ਫਿਰ ਸਾਰੇ ਸਾਡੇ ਜਿਹੜੇ ਪਿੰਡ ਸੀਗੇ 5-7, ਉਹ ਸਾਰੇ ਮੁਸਲਮਾਨਾਂ ਦੇ ਸੀਗੇ, ਇੱਥੇ ਆ ਗਏ ਰਿਸ਼ਤੇਦਾਰ ਜਿਹੜੇ ਵੀ ਹੈਗੇ ਸੀਗੇ। ਅੱਛਾ ਜੀ, ਇੱਥੋਂ ਫਿਰ ਇਹ ਸਾਰੇ ਉੱਠੇ, ਇਹ ਕਹਿੰਦੇ ਜਦ ਸਾਨੂੰ ਮਾਰਦੇ ਵੱਢਦੇ ਆਪਾਂ ਵੀ ਕੁਛ ਕਰਕੇ ਚੱਲੋ, ਹੁਣ ਵੀ ਹੁਣ ਇੱਥੇ ਕੰਮ ਤਾਂ ਜ਼ਿਆਦਾ ਵੱਧ ਗਿਆ। ਇਹ ਸਾਰੇ ਪਿੰਡਾਂ ਨੇ ਏਕਾ ਕਰਕੇ ਨਾ ਸਾਰੇ ਪਿੰਡਾਂ ਨੇ ਧਾਵਾ ਕਰਤਾ ਜਾ ਕੇ ਉੱਥੇ ਜਿੱਥੋਂ ਉਹ ਗਰੁੱਪ ਨਿਕਲਦਾ ਹੁੰਦਾ ਸੀਗਾ ਉਹਨਾਂ ਦਾ ਮੁਕਾਬਲਾ ਕੀਤਾ ਜਥਾ। ਹਾਂ, ਉੱਥੇ ਜਾ ਕੇ ਫਿਰ ਇਹਨਾਂ ਨੇ ਵੀ ਮੁਕਾਬਲਾ ਕੀਤਾ ਚੰਗਾ। ਅੱਛਾ, ਤੁਹਾਡੀ ਗੱਲ ਕੱਟ ਹੁੰਦੀ ਆ, ਮੈਨੂੰ ਇਹ ਦੱਸੋ ਵੀ ਇਹ ਜਿਹੜੇ ਹਮਲਾਵਰ ਸੀਗੇ ਇਹ ਆਪਾਂ ਬਸੇਬ ਦੇ ਸੀਗੇ ਜਾਂ ਬਾਹਰੋਂ ਆਉਂਦੇ ਸੀ ਲੋਕ? ਨਹੀਂ ਨਹੀਂ, ਆਪਣੇ ਆਪਣੇ, ਹੁਣ ਆਹ ਪਿੰਡ ਆ ਸਾਰਾ, ਸਾਰੇ ਲਾਗ। ਨਹੀਂ ਨਹੀਂ, ਜਿਹੜੇ ਤੁਹਾਡੇ ਤੇ ਹਮਲਾਵਰ ਹੁੰਦੇ ਸੀ ਜਿਹਨਾਂ ਨੂੰ ਤੁਸੀਂ ਕਹਿੰਦੇ ਵੀ ਜਥੇਦਾਰ ਆ ਗਏ ਆ, ਉਹ ਉੱਥੇ ਦੇ ਹੀ ਅੱਲਾ ਜਾਣੇ, ਉਹ ਸਿੱਖਾਂ ਦੇ ਸੀਗੇ। ਅੱਛਾ, ਮੁਸਲਮਾਨ ਇਕੱਠੇ। ਲੇਕਿਨ ਜਿੱਥੇ ਤੱਕ ਅਸੀਂ ਸੁਣਿਆ ਜਾਂ ਸਾਰੀਆਂ ਗੱਲਾਂ ਬਾਤਾਂ ਪੁੱਛੀ ਦੀਆਂ ਲੋਕਾਂ ਕੋਲੋਂ, ਉਹਦੇ ਵਿੱਚ ਕਿਸੇ ਨੇ ਅੱਜ ਤੱਕ ਇਹ ਨਹੀਂ ਕਿਹਾ ਕਿ ਸਾਡੇ ਆ ਫਲਾਣੇ ਜਾਣੂ ਨੇ ਸਾਨੂੰ ਮਾਰ ਕੇ ਮਾਰਿਆ? ਨਹੀਂ ਨਹੀਂ, ਉਹਨਾਂ ਨੇ ਮਦਦ ਕੀਤੀ? ਨਹੀਂ ਨਹੀਂ, ਕਿਸੇ ਨੇ ਮਦਦ ਨਹੀਂ ਕੀਤੀ, ਮਦਦ ਕਰਦੇ ਹੁੰਦੇ ਸੀਗੇ ਜੇ ਕਹਿਣਾ ਨਾ ਉਹਦਾ ਮੁਹੱਬਤਾਂ ਜਿਹਨਾਂ ਦੀਆਂ ਹੈਗੀਆਂ ਸੀਗੀਆਂ, ਉਹਨਾਂ ਨੇ ਕਹਿਣਾ ਵੀ ਚਲੋ ਤੁਹਾਨੂੰ ਅਸੀਂ ਛੱਡਿਆ ਈ ਏ ਕੰਪ ਚ, ਤੁਸੀਂ ਇੱਥੇ ਰਹਿ ਨਹੀਂ ਸਕਦੇ, ਤੁਹਾਨੂੰ ਮਾਰਦੇ ਆ ਇਹ। ਉਹਨਾਂ ਨੇ ਬੇਈਮਾਨੀ ਕਰਕੇ ਨਾ ਸਾਰਾ ਪਿੰਡ ਬਾਹਰ ਕੱਢ ਲੈਣਾ, ਕੱਢ ਕੇ ਲਿਆ ਕੇ ਉਹਨਾਂ ਤੇ ਜੋ ਕੁਛ ਹੋਣਾ ਖੋਹ ਖਿੱਚ ਕੇ ਮਾਰ ਦੇਣੇ। ਅੱਛਾ, ਨਹੀਂ ਆਪਣੇ ਨਾਲ ਵੀ ਇੱਦਾਂ ਹੋਈ ਆ? ਅਸੀਂ ਤਾਂ ਤੈਨੂੰ ਦੱਸਿਆ ਵੀ ਅਸੀਂ ਉਦਣ ਹੀ ਇਹਨਾਂ ਨੇ ਹਮਲਾ ਕਰਕੇ ਆਉਂਦਾ, ਰਾਤ ਨੂੰ ਆ ਕੇ ਕਹਿੰਦੇ ਵੀ ਹੁਣ ਨਹੀਂ ਰਹਿਣਾ ਹੈਗਾ ਇੱਥੇ। ਅੱਛਾ, ਵੀ ਹੁਣ ਤਾਂ ਜਾਣਾ ਹੀ ਪੈਣਾ, ਹੁਣ ਕੰਮ ਵੱਧ ਗਿਆ। ਰਾਤੋ ਰਾਤ ਆਪਣੇ ਬਿਸਤਰੇ ਬੰਨੇ, ਬੰਨ ਕੇ ਗੱਡੇ ਲੱਦੇ, ਲੱਦ ਕੇ ਦਰਿਆ ਦੇ ਕਿਨਾਰੇ ਖੜੇ ਕਰ ਲਏ। ਅੱਛਾ ਜੀ, ਕੁੜੀਆਂ ਨੂੰ ਇਹ ਕਹਿਤਾ ਵੀ ਜੇ ਨਾ ਆਉਂਦੇ ਦਿਖੇ ਇੱਥੇ ਸਿੱਖ, ਤੁਸੀਂ ਦਰਿਆ 'ਚ ਛਾਲਾਂ ਮਾਰ ਦੇਣੀਆਂ, ਉਹਨਾਂ ਦੇ ਹੱਥ ਨਹੀਂ ਆਉਣਾ, ਇਜ਼ਤਾਂ ਬਚਾ ਲੈਣੀਆਂ। ਹਾਂ, ਫਿਰ ਉਹ ਸਾਰੀਆਂ ਕੁੜੀਆਂ ਜਿੰਨੀਆਂ ਵੀ ਜਾਨਾਂ ਸੀਗੀਆਂ ਨਾ ਸਾਰੀਆਂ ਉਹਨਾਂ ਨੇ ਅਲੈਦਾ ਕਰ ਲਈਆਂ ਵੀ ਹੁਣ ਪਿੰਡ ਖਾਲੀ ਹੋ ਗਿਆ, ਹੁਣ ਅੱਜ ਉਹਨਾਂ ਨੇ ਧਾਵਾ ਇੱਥੇ ਕਰਨਾ ਆਪਣੇ ਪਿੰਡਾਂ ਨੂੰ। ਠੀਕ ਹੈ, ਉਹ ਸਾਰੇ ਜਿਹੜੇ ਲਾਗ ਲਾਗ ਦੇ ਪਿੰਡ ਸੀਗੇ ਸਾਰੇ ਉੱਥੇ ਮੰਡ ਦੇ ਵਿੱਚ ਬਹਿ ਗਏ ਦਰਿਆ ਦੇ ਕਿਨਾਰੇ ਆ ਕੇ। ਉੱਥੇ ਫਿਰ ਉਹ ਪਿੱਛੋਂ ਆਏ, ਆ ਕੇ ਉਹਨਾਂ ਨੇ ਦੇਖਿਆ ਵੀ ਪਿੰਡ ਖਾਲੀ ਆ, ਉੱਥੋਂ ਹੀ ਆ ਕੇ ਨਾ ਮੰਡ 'ਚ ਵੜਦਿਆਂ ਸਾਰੇ ਉੱਥੇ ਉਹ ਘਾਹ ਫੂਸ ਨੂੰ ਅੱਗ ਲਾ ਕੇ ਪਿੱਛੇ ਮੁੜ ਗਏ।
ਫਿਰ ਇਹਨਾਂ ਨੇ ਕਿਹਾ ਵੀ ਉਹ ਆ ਗਿਆ, ਉਦੋਂ ਇਹਨਾਂ ਨੂੰ ਪਤਾ ਲੱਗ ਗਿਆ ਮੁਸਲਮਾਨਾਂ ਨੂੰ ਵੀ ਇਹ ਆ ਗਏ ਆਪਣੇ ਮਗਰ ਆਉਂਦੇ ਆ। ਇਹਨਾਂ ਨੇ ਗੱਡੇ ਜੋੜ ਕੇ ਲੁਧਿਆਣੇ ਨੂੰ ਨਿਕਲਣ ਵਾਲੀ ਕੀਤੀ, ਨਿਕਲਣ ਵਾਲੀ ਕੀਤੀ। ਅੱਛਾ ਜੀ, ਉਹ ਕੁਛ ਗੱਡਿਆਂ ਤੇ ਕੁਛ ਪੈਦਲ ਆਪਣੀਆਂ ਜਾਨਾਂ ਲੈ ਕੇ ਆਪ ਬਥੇਰਾ ਨੱਠੇ ਮਾਰਨਾ ਡਰ ਹੁੰਦਾ ਨਾ। ਫਿਰ ਰਾਤੋ ਰਾਤ ਲੁਧਿਆਣੇ ਨਾ ਕੰਪ ਲੱਗਿਆ ਸੀਗਾ, ਉੱਥੇ ਫਿਰ ਆ ਕੇ ਠਹਿਰ ਗਏ। ਉੱਥੋਂ ਫਿਰ ਬਾਰਿਸ਼ਾਂ ਵੀ ਸ਼ੁਰੂ ਹੋ ਗਈਆਂ ਸਾਰੇ। ਅਸੀਂ ਤਾਂ ਜਾਣੀ ਨਾ, ਦੋ ਗੱਡੀਆਂ ਪਹਿਲਾਂ ਆ ਗਈਆਂ ਸੀਗੀਆਂ ਪਾਕਿਸਤਾਨ 'ਚ, ਤੀਹ ਗੱਡੀ 'ਚ ਅਸੀਂ ਆ ਗਏ। ਅੱਛਾ, ਮੇਰਾ ਦਾਦਾ ਉੱਥੇ ਰਹਿ ਪਿਆ ਸੀਗਾ। ਯਾਨੀ ਤੁਹਾਡੇ ਨਾਲ ਕੋਈ ਨਹੀਂ ਵਾਧਾ ਘਾਟਾ ਹੋਇਆ ਰਾਹ ਦੇ ਵਿੱਚ? ਸਾਡੇ ਨਾਲ ਨਹੀਂ ਹੋਇਆ ਕੋਈ ਹਮਲਾਵਰ ਹੋਏ ਤੁਹਾਡੇ ਤੇ ਕਿ ਨਹੀਂ? ਨਹੀਂ ਨਹੀਂ, ਸਾਡੇ ਤੇ ਨਹੀਂ। ਨਾਲੇ ਤੁਸੀਂ ਦੱਸਦੇ ਸੀ ਵੀ ਸਾਡੀ ਟ੍ਰੇਨ ਤੇ ਹਮਲਾ ਹੋਇਆ, ਉਹ ਜਾਂ ਰਸਤੇ 'ਚ ਆਉਂਦੇ ਆ, ਰਸਤੇ ਦੇ ਵਿੱਚ ਪੁੱਛਦੇ ਹਾਂ ਜੀ। ਹਾਂ, ਰਸਤੇ 'ਚ ਜ਼ਿਆਦਾ ਆਏ ਆ ਨਾ ਅਸੀਂ। ਅੱਛਾ, ਪਤਾ ਨਹੀਂ ਕਿਹੜਾ ਹੋਊਗਾ ਉਹ, ਉਜਾੜ ਬਜਾੜ ਜਿਹਾ ਪਿਆ ਸੀਗਾ ਬਹੁਤ। ਅੱਛਾ, ਰੜਾਈ ਥਾਂ ਕੋਈ ਉੱਥੇ ਕੋਈ ਸ਼ੈ ਨਾ ਸੀ। ਉੱਥੇ ਜਦ ਦੇਖਣ ਨਾ, ਉੱਤੇ ਮਾਲ ਗੱਡੀ 'ਚ ਬੈਠੇ ਸੀਗੇ, ਉਹ ਮਾਲ ਗੱਡੀ ਦੇ ਉੱਪਰ ਜਿਹੜੇ ਬੈਠੇ ਸੀਗੇ ਉਹਨਾਂ ਨੇ ਦੇਖਿਆ ਵੀ ਘੇਰਾ ਪੈ ਗਿਆ। ਗੱਡੀ ਮਲਕ ਮਲਕ ਹੌਲੀ ਹੌਲੀ ਏਦਾਂ ਤੁਰਦੀ ਸੀਗੀ, ਗੱਡੀ ਚੱਲਦੀ 'ਚ ਉਤਰੀ ਜਾਂਦੇ, ਚੱਲਦੀ 'ਚ ਚੜੀ ਜਾਂਦੇ ਸੀਗੇ। ਅੱਛਾ, ਕਿਉਂ ਗਰਮੀ ਬਹੁਤ ਸੀਗੀ, ਪਾਣੀ ਨੂੰ ਜਿੱਥੇ ਕਿਤੇ ਪਾਣੀ ਚਮਕਾਰ ਪੈਂਦੀ ਸੀਗੀ ਉੱਥੇ ਮੇਰੇ ਚਾਚੇ ਸੀਗੇ ਦੋ ਬਹੁਤ ਜਵਾਨ, ਉਹਨਾਂ ਦੇ ਕੋਲ ਬਾਟੇ ਨਾ ਰੱਖ ਲੈ ਕੇ ਬੱਚੇ ਨੂੰ ਹੈਗੇ ਸੀਗੇ ਛੋਟੇ, ਉਹਨਾਂ ਨੇ ਉੱਤੇ ਬੈਠਿਆਂ ਦੇਖ ਲੈਣਾ ਵੀ ਉਹ ਫਲਾਨੀ ਜਗ੍ਹਾ ਤੇ ਪਾਣੀ ਅੱਗੋਂ ਦੇਖ ਲੈਣਾ, ਉਹਨਾਂ ਨੇ ਲੈ ਕੇ ਬਾਟੀਆਂ ਨਾ ਨੱਠ ਲੈਣਾ, ਛਾਲਾ ਮਾਰ ਦੇਣੀਆਂ, ਉੱਥੋਂ ਪਾਣੀ ਦੀਆਂ ਭਰ ਕੇ ਲਿਆ ਕੇ ਉੱਪਰ ਲਿਆ ਨੇ ਫੜ ਲੈਣੀਆਂ ਗੱਡੀ 'ਚੋਂ ਫੜ ਕੇ, ਸਾਰੇ ਡੱਬੇ ਨੂੰ ਪਾਣੀ ਪਾਉਂਦੇ ਆਏ। ਬੜੀ ਗੱਲ। ਅੱਛਾ ਜੀ, ਸਾਰੇ ਰਾਹ ਉੱਥੇ ਜਦ ਚਮਕਾਰ ਜਿਹੀ ਪਈ ਤਾਂ ਉੱਥੇ ਹੱਡ ਕਰੰਗ ਪਸ਼ੂਆਂ ਦੇ ਛਪੜੀ ਜਿਹੀ ਉਹਦੇ ਵਿੱਚ, ਇਹ ਲੋਕਾਂ ਨੇ ਸਮਝਿਆ ਵੀ ਇਹ ਲੱਕੜੀਆਂ ਵਿੱਚ ਛੱਪੜਦੇ। ਅੱਛਾ, ਸਾਰੀ ਰਾਤ ਭਾਈ ਉੱਥੋਂ ਪਾਣੀ ਲੈ ਕੇ ਉਸੇ ਛੱਪੜ ਦਾ ਪਾਣੀ ਪੀਂਦੇ ਰਹੇ। ਹਾਂ, ਉਹ ਗੱਡੀ ਖੜੀ ਦੇਖ ਲਓ ਕਿੱਡੀ ਬੇਬਸੀ ਸੀ ਵੀ ਉਹ ਜਿੱਥੇ ਜਾਨਵਰ ਮਰੇ ਪਏ ਗਲ ਗਏ ਉਹੀ ਪਾਣੀ ਪੀਤਾ। ਤੋਬਾ ਤੋਬਾ। ਤੇ ਰਾਤ ਗੱਡੀ ਫਿਰ ਨਾ ਪਿੱਛੇ ਤੇ ਹਮਲਾ ਜਦ ਹੋ ਗਿਆ ਉੱਥੇ ਆ ਕੇ ਫਿਰ ਗੱਡੀ ਖੜੀ ਹੋ ਗਈ। ਫਿਰ ਸਾਡੇ ਅੱਬਾ ਜੀ ਹੁਣੀ ਦੱਸਦੇ ਹੁੰਦੇ ਸੀਗੇ ਵੀ 11 ਬੰਦੇ ਮਿਲਟਰੀ ਦੇ ਮੁਸਲਮਾਨਾਂ ਦੇ ਸੀਗੇ ਸਾਡੀ ਗੱਡੀ ਦੇ ਨਾਲ ਹਫਾਜ਼ਤ ਲਈ। ਹਾਂ, ਹਫਾਜ਼ਤ ਲਈ। ਫਿਰ ਜਦ ਉਹ ਸਿੱਖਾਂ ਨੇ ਪਾ ਲਿਆ ਘੇਰਾ ਤੇ ਫਿਰ ਉਹਨਾਂ ਨੇ ਅੱਧੇ ਉੱਧਰ ਸਿਰੇ ਤੇ ਹੋ ਗਿਆ ਗੱਡੀ ਦੇ, ਅੱਧੇ ਉੱਧਰ ਹੋ ਗਿਆ। ਉਹਨਾਂ ਨੇ ਫਿਰ ਮੀਂਹ ਬਰਸਾਤਾ ਉੱਥੇ ਸਾਰੇ ਮਾਰਤੇ। ਅੱਛਾ, ਅੱਲਾ ਜਾਣੇ ਕੋਈ ਬਚਿਆ ਹੋਊਗਾ। ਫਿਰ ਉੱਥੋਂ ਨਾ ਆਹੋ ਮਾਰਨ ਵਾਲੇ ਆਏ ਸੀ, ਉਹਨਾਂ ਨੇ ਫਿਰ ਅੱਗੋਂ ਮਜ਼ਾਮਤ ਕਰਕੇ ਉਹਨਾਂ ਗੱਡੀ ਖੜੀ ਰਹੀ ਉੱਥੇ। ਦਿਨ ਚੜ ਗਿਆ, ਜਦ ਦੇਖਣ ਤਾਂ ਉੱਥੇ ਹੱਡਾਂ ਦੇ ਕਾਰਨ ਫਿਰ ਲੋਕੀ ਕਹਿਣ ਵੀ ਆ ਤਾਂ ਬਹੁਤ ਬੁਰਾ ਹੋਇਆ ਸੀ, ਤਾਂ ਇਹ ਪਾਣੀ ਪੀਂਦੇ ਰਹੇ ਸਾਰਾ। ਓਹੋ, ਦਿਨ ਚੜੇ ਪਤਾ ਲੱਗਾ ਵੀ ਇਹ ਪਾਣੀ ਅਸੀਂ ਕਿਹੜਾ ਪੀ ਲਿਆ, ਉਦਾਂ ਕਿੱਥੇ ਪੀਉਣਾ। ਉੱਥੇ ਡਰਾਈਵਰ ਗਾਰਡ ਨੂੰ ਕਿਹਾ ਵੀ ਜੇ ਗੱਡੀ ਤੇਜ਼ ਚਲਾਉਣੀ ਆ ਤਾਂ ਚਲਾ ਲਾ, ਨਹੀਂ ਅਸੀਂ ਤੈਨੂੰ ਵੀ ਮਾਰ ਦੇਣਾ। ਅੱਛਾ, ਉਹ ਗੱਡੀ ਹੌਲੀ ਚਲਾਉਂਦਾ ਹੋਣਾ, ਉਹ ਹੌਲੀ, ਉਹ ਉੱਧਰੋਂ ਪਾਕਿਸਤਾਨ ਦੀ ਹੱਦ ਤੇ ਉੱਧਰ ਦਾ ਡਰਾਈਵਰ ਆਉਂਦਾ ਹੁੰਦਾ ਸੀਗਾ ਸਿੱਖਾਂ ਦਾ। ਇੱਥੋਂ ਵੀ ਗਾਂ ਡਰਾਈਵਰ ਬਦਲ ਜਾਂਦਾ, ਇੱਥੋਂ ਇੱਥੇ ਦੇ ਲੋਕਾਂ ਲੈ ਕੇ ਮੁਸਲਮਾਨ ਡਰਾਈਵਰ ਜਾਂਦਾ ਸੀਗਾ ਹੱਦ ਤੇ ਬਦਲ ਕੇ ਨਾ। ਫਿਰ ਉਹਨੇ ਗੱਡੀ ਤੇਜ਼ ਕੀਤੀ ਤੇ ਫਿਰ ਅਸੀਂ ਸਾਡੇ ਅੱਬੇ ਹੁਣ ਕਹਿਣਾ ਅਸੀਂ ਫੈਸਲਾਬਾਦ ਆਪਾਂ ਉੱਤਰ ਜਾਈਏ। ਅੱਛਾ, ਉਹ ਫੈਸਲਾਬਾਦ ਦਾ ਵੀ ਨਾ ਪਤਾ ਨਾ ਆਏ ਸੁਣੇ ਸੀ। ਫਿਰ ਉੱਥੇ ਵੀ ਨਾ, ਫਿਰ ਅਸੀਂ ਆ ਕੇ ਗੋਜਰੀ ਗੱਡੀ ਖੜ ਗਏ। ਅੱਛਾ, ਫਿਰ ਗੋਜਰੇ ਜਦ ਗੱਡੀ ਖੜੀ ਤਾਂ ਉੱਥੇ ਭੁੱਖੇ ਥੇ ਆਏ, ਦਾਣੇ ਭੁੰਨ ਕੇ ਰੱਖੇ ਹੁੰਦੇ ਸੀਗੇ ਚਣਿਆਂ ਦੇ, ਇੰਨੇ ਇੰਨੇ ਦਾਣੇ ਵੀ ਕਿਤੇ ਖਾ ਖੂ ਲੈਣੇ, ਪੇਟ ਦੀ ਅੱਗ ਬੁਝਾ ਲੈਣੀ, ਪਾਣੀ ਪੂਣੀ ਪੀ ਲੈਣਾ। ਅੱਛਾ, ਬਹੁਤ ਜਦ ਮੇਰੇ ਬੇਹੁਣੀ ਬਹੁਤ ਰੋਏ ਵੀ ਇੰਨਾ ਪਿਆ ਇੰਨਾ ਪਿਆ ਡੜਾ ਪਾਣੀ, ਫਿਰ ਉਹ 'ਚ ਫਰਸ਼ 'ਚ ਬੈਠੇ ਪਲੇਟਫਾਰਮ, ਭੁੱਖ ਸਾਨੂੰ ਲੱਗੀ ਹੋਈ ਅਸੀਂ ਰੋਈਏ। ਮੇਰੀ ਅੰਮੀ ਉਹਦੀ ਅੱਖ ਖਰਾਬ ਹੋਈ ਸੀਗੀ। ਅੱਛਾ, ਅੱਗੇ ਉਦਣ ਹੀ ਲੈਂਦੀ ਸੀਗੀ ਹਸਪਤਾਲ ਚੋਂ, ਪੱਟੀ ਉਦਣ ਬੰਨੀ, ਸਾਨੂੰ ਕੋਲ ਚਲੇ ਬੈਠੇ ਸੀ, ਤਿੰਨ ਭੈਣਾਂ ਸੀ ਕੋਈ ਸਾਡਾ ਭਾਈ ਤੇ ਜਾ। ਅੱਛਾ, ਬਹੁਤ ਮਾੜਾ ਟਾਈਮ ਸੀ, ਨਾਲੇ ਰਵਾਉਣ ਤੇ ਨਾਲੇ ਸਾਨੂੰ ਜਦ ਉਹਨਾਂ ਨੇ ਦਾਣੇ ਕੱਢ ਕੇ ਦਿੱਤੇ ਤਾਂ ਉਹ ਸਾਡੇ ਹੱਥਾਂ 'ਚ ਚੋਈ ਜਾਣ ਵੀ ਨਾ, ਬੜਾ ਫੇਰ ਮੇਰੇ ਅੱਬਾ ਬਈ ਮੇਰੀ ਅੰਮੀ ਵੀ ਸਾਰੇ ਰਹਿਣ ਵੀ ਏਦਾਂ ਨਹੀਂ ਆ ਕੀ ਸਾਡੇ ਤੇ ਵਕਤ ਪਾਇਆ। ਹਾਂ, ਬਸ ਇਹ ਘਰਾਂ 'ਚੋਂ ਕਿੱਦਾਂ ਜਾੜੇ 'ਚ ਪੈ ਗਏ। ਫਿਰ ਉੱਥੋਂ ਗੱਡੀ ਚੱਲੀ, ਬਾਰਿਸ਼ ਹਟੀ, ਗੱਡੀ ਚੱਲ ਕੇ ਤੇ ਫਿਰ ਅਸੀਂ ਸਾਰੇ ਇੱਥੇ ਟੋਬੇ ਆ ਗਏ।
ਅੱਛਾ ਗੋਜਰੇ ਗੋਜਰੇ ਉਤਰ ਕੇ ਤੇ ਫਿਰ ਚੌਲ ਵੀ ਹੁੰਦੇ ਸੀਗੇ ਮੌਜੂਦ ਸਾਰੇ ਕੁਛ ਸੀਗੇ ਲੂਣ ਮਿਰਚਾਂ ਸਾਰੇ ਕੁਛ ਲੈ ਕੇ ਖਾਣ ਪੀਣ ਵਾਲੀਆਂ ਚੀਜ਼ਾਂ ਤੁਰੇ ਸੀਗੇ ਉੱਥੋਂ ਅੱਛਾ ਉੱਥੇ ਫਿਰ ਚੌਲ ਚੂਲ ਪਕਾਏ ਪਲੇਟਫਾਰਮ ਤੇ ਇੱਟਾਂ ਉੱਟਾਂ ਦਾ ਚੁੱਲ੍ਹਾ ਰੱਖ ਕੇ ਉਹ ਖਾ ਪੀ ਕੇ ਤੇ ਫਿਰ ਅਸੀਂ ਹੁਣ ਇੱਥੇ ਨੀ ਟੋਬੇ ਇੱਥੇ ਫਿਰ ਮੇਰੀ ਫੁੱਫੀ ਵੀ ਸੀਗੀ ਢੇਰੀ ਚੱਕ ਚ ਅੱਛਾ ਮੇਰੇ ਅੱਬੇ ਹੋਣਾਂ ਤੇ ਛੋਟੀ ਵਿਆਹੀ ਹੋਈ ਤਵਾ ਬਣਾ ਲਿਆ ਉਹਦਾ ਉਹਦਾ ਉਹਨੇ ਕਿੱਥੇ ਅੱਗ ਦੀ ਝਾਲ ਚੱਲਣੀ ਸੜ ਸੜ ਲਾਦੀਆਂ ਹੋਣੀ ਉਹ ਬਿਨਾਂ ਕਿਸੇ ਨੇ ਖਾਧੇ ਮੈਂ ਭੁੱਖ ਦੇ ਮਾਰੇ ਜਿਹੜੀ ਬੁਰਕੀ ਖਾਣੀ ਸੀ ਖਾ ਕੇ ਨਾ ਫਿਰ ਅਸੀਂ ਉੱਥੇ ਤੁਰ ਪਏ ਤੁਰੇ ਹੋਏ ਤਾਂ ਹੁਣ ਰਾਹ ਦੇ ਵਿੱਚ ਨਾ ਉਹ ਬਾਟਰਾਂ ਨੇ ਬੜੇ ਹਨੇਰਾ ਹੋ ਗਿਆ ਰਾਤ ਪੈ ਗਈ ਹਨੇਰੀ ਆ ਗਈ ਮੀਂਹ ਆ ਗਿਆ ਬਹੁਤ ਮੀਂਹ ਪਿਆ ਫਿਰ ਸਾਨੂੰ ਰਾਹ 'ਚ ਉੱਥੇ ਤੁਰਿਆ ਜਾਂਦਿਆਂ ਨੂੰ ਫਿਰ ਸਾਨੂੰ ਇਕੱਠੇ ਹੋ ਕੇ ਸਾਰੇ ਕੁਝ ਝੁੰਗਲ ਪੱਟ ਕਰਕੇ ਬਹਿ ਕੇ ਮੇਰੀ ਮਾਸੀਆਂ ਕਿਤੇ ਹਨੇਰੀ ਹਨੇਰੇ ਵਿੱਚ ਇੱਧਰ ਉੱਧਰ ਨਾ ਹੋ ਜਾਣ ਪਿਛੜ ਨਾ ਜਾਣ ਜਾਣੇ ਪੰਜ ਚਾਰ ਟੱਬਰ ਸੀਗੇ ਉੱਥੇ ਫਿਰ ਉੱਥੋਂ ਨਾ ਜਦ ਮੀਂਹ ਹਟਿਆ ਫਿਰ ਅਸੀਂ ਰਾਤ ਨੂੰ ਉੱਥੇ ਜਾ ਕੇ ਪਹੁੰਚੇ ਛੋਟੇ ਛੋਟੇ ਹੈਗੇ ਸੀ ਨੀਂਦ ਸਾਨੂੰ ਬਹੁਤ ਆਵੇ ਉੱਥੇ ਜਾ ਕੇ ਥੱਲੇ ਅਸੀਂ ਸੌਂ ਗਏ ਸਵੇਰ ਨੂੰ ਦਿਨ ਚੜਿਆ ਫਿਰ ਮੇਰੇ ਅੱਬੇ ਹੁਣੀ ਆਉਣ ਵੀ ਦੇਖੀਏ ਸਟੇਸ਼ਨ ਤੇ ਜਾ ਕੇ ਕੋਈ ਪਿੰਡ ਦਾ ਜਾਂ ਕੋਈ ਹੋਰ ਰਿਸ਼ਤੇਦਾਰ ਟੱਕਰੇ ਇੱਕ ਥਾਂ ਬੈਠੀਏ ਕਿਧਰੇ ਪਾਸੇ ਉਹ ਪਿੰਡ ਅਣੰਜਾ ਚੱਕ ਸਾਰਾ ਖਾਲੀ ਪਿਆ ਸੀਗਾ ਜਾਂ ਨੰਗੇ ਓਹਦੇ ਮਿੰਜੇ ਡਹੇ ਹੋਏ ਓਹਦੇ ਕੁੱਤੇ ਭਾਕੜ ਉੱਥੇ ਗਾਹਾਂ ਨੰਗੇ ਫਿਰ ਦੋ ਤਿੰਨ ਦਿਨ ਅਸੀਂ ਉੱਥੇ ਰਹੇ ਫਿਰ ਸਾਰੇ ਜੀ ਆ ਕੇ ਨਾ ਇੱਥੇ ਕਹਿੰਦੇ ਵੀ ਆਹ ਨਾਂ ਦਾ ਪਿੰਡ ਖਾਲੀ ਹੈ ਇੱਥੇ ਨਹੀਂ ਚੱਲਦੇ ਹਾਂ ਫਿਰ ਦੇਖੀ ਚਲੋ ਜਦ ਸਾਰੇ ਇਕੱਠੇ ਹੋਣਗੇ ਫਿਰ ਇੱਕ ਥਾਂ ਬਹਿ ਜਾਂਗੇ ਅੱਛਾ ਫਿਰ ਇੱਥੇ ਅਣੰਜਾ ਚ ਆ ਕੇ ਨਾ ਫਿਰ ਉਹ ਆਪਣੇ ਸਾਫ਼ ਸੂਫ਼ ਕਰਕੇ ਗਏ ਅਣੰਜਾ ਮਕਾਨ ਹਾਂ ਅਣੰਜਾ ਹੈ ਨੀ ਟੋਬੇ ਤੋਂ ਉੱਪਰ ਪਾਸੇ ਅੱਛਾ ਜੀ ਉੱਥੇ ਉੱਥੇ ਫਿਰ ਅਸੀਂ ਅੱਛਾ ਤੁਹਾਡਾ ਪਿੰਡ ਜਿਹੜਾ ਅਣੰਜਾ ਆ ਨਹੀਂ ਇੱਥੇ ਨੀ ਹੁਣ ਤਾਂ ਅਸੀਂ ਦੇਵਦਾਸ ਫਿਰ ਨਹੀਂ ਉਹ ਤਾਂ ਫਿਰ ਵਿਆਹ ਹੋ ਗਿਆ ਹੈ ਨਾ ਉੱਥੇ ਤਾਂ ਵਿਆਹ ਹੋਇਆ ਹੋਣਾ ਤੁਹਾਡਾ ਨਹੀਂ ਨਹੀਂ ਹਾਂ ਜਦ ਅਸੀਂ ਉੱਜੜ ਕੇ ਹੀ ਆਏ ਹਾਂ ਇਹਦਾ ਅਣੰਜਾ ਚ ਆਏ ਅੱਛਾ ਅਣੰਜਾ ਚੋਂ ਫਿਰ ਸਾਡੇ ਪਿੰਡ ਦੇ ਸਾਨੂੰ ਮਿਲ ਗਏ ਅੱਛਾ ਉਹ ਸਾਰੇ ਸਾਨੂੰ ਰੱਬ ਦੇ ਫਿਰ ਮੇਰੇ ਅੱਬੇ ਦੀ ਕਿਉਂ ਨਾਲ ਮੇਰਾ ਅੱਬਾ ਮਸ਼ੀਨ ਸੀਂਦਾ ਹੁੰਦਾ ਸੀਗਾ ਨਾਲ ਵਪਾਰੀ ਸੀਗਾ ਇਹਦੀ ਬਹੁਤ ਜਾਣਦੇ ਸੀ ਲੋਕ ਜਾਣਦੇ ਇਹਨੂੰ ਲੱਭਦਿਆਂ ਨੂੰ ਨਾ ਟੇਸ਼ਨਾਂ ਤੇ ਫਿਰਨਾ ਅੱਛਾ ਫਿਰ ਮੇਰੇ ਅੱਬੇ ਨੂੰ ਉਹ ਮਿਲ ਗਿਆ ਉਹ ਕਹਿੰਦੇ ਭਾਈ ਅਸੀਂ ਤੁਹਾਨੂੰ ਲੱਭਦੇ ਫਿਰਦੇ ਨੇ ਤਾਂ ਅਸੀਂ ਆਉਂਦੇ ਹਾਂ ਉੱਥੇ ਟੇਸ਼ਨਾਂ ਤੇ ਵੀ ਤੁਸੀਂ ਚੱਲੋ ਅਸੀਂ ਦੇਵੀਦਾਸ ਫਿਰ ਬੈਠੇ ਹਾਂ ਆਜੋ ਉੱਥੇ ਅੱਛਾ ਦੇਵੀਦਾਸਪੁਰਾ ਟੋਬਾ ਦੇ ਨਾਲ ਮਤਲਬ ਪਿੰਡ ਆ ਹਾਂ ਉੱਥੇ ਤੁਸੀਂ ਬਹਿ ਗਏ ਫਿਰ ਉਹ ਸਾਨੂੰ ਲੈ ਕੇ ਆਏ ਉੱਥੋਂ ਫਿਰ ਅਸੀਂ ਇੱਥੇ ਆ ਗਏ ਫਿਰ ਮੇਰੇ ਮਾਮਾ ਬਹੁਤ ਉਹਦਾ ਕਾਰੋਬਾਰ ਸੀਗਾ ਡੰਗਰ ਪਸ਼ੂ ਕੋਈ ਸ਼ੈ ਲਿਆਇਆ ਹੀ ਨਾ ਮਾਮਾ ਮੇਰਾ ਬਿਮਾਰ ਹੋ ਗਿਆ ਅੱਛਾ ਇਸੇ ਕੰਮ ਦੇ ਨਾਲ ਹੱਕਾ ਮਾਰੀ ਜਾਇਆ ਕਰੇ ਉਹ ਬਹੁਤ ਖੁੱਲ੍ਹਾ ਉਹ ਬੰਨਦੇ ਆ ਉਹਨੂੰ ਆਏ ਕਰ ਦਿਮਾਗ ਨਹੀਂ ਨਾ ਟਿਕਾਣੇ ਦੇ ਦਿਮਾਗ ਖਰਾਬ ਹੋ ਗਿਆ ਉਹਦਾ ਫਿਰ ਉਹਦਾ ਮਿੰਜਾ ਹੀ ਚੱਕ ਕੇ ਇੱਥੇ ਨੂੰ ਲੈ ਕੇ ਆਇਆ ਵੀ ਚੱਲ ਪਿੰਡ ਦੇ ਦੇਖ ਕੇ ਇਹਦਾ ਕੁਛ ਜੇ ਠੀਕ ਹੋਵੇ ਤਾਂ ਫਿਰ ਅਸੀਂ ਇੱਥੇ ਆਏ ਅੱਛਾ ਫਿਰ ਵਿਆਹ ਵੀ ਅਸੀਂ ਪਿੰਡ 'ਚ ਹੋ ਗਿਆ ਹਾਂ ਵਿਆਹ ਅਸੀਂ ਤਾਂ ਫਿਰ ਜਵਾਨ ਹੋਏ ਜਾਂਦੇ ਫਿਰ ਮਾਮੇ ਉਹੀ ਬਾਅਦ 'ਚ ਹਾਂਜੀ ਮਾਮੇ ਦੇ ਘਰ ਇਹ ਆਪਣੇ ਮਾਮਾ ਜੀ ਪਿੰਡ ਜਿਹੜਾ ਦੇਵੀਦਾਸਪੁਰ ਆ ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਆ ਬਲਗਣਾ ਬਲਗਣਾ ਸੀਰੋਆਲ ਸੀਰੋਆਲ ਤੇ ਆਦੂਆ ਕੁਹਾੜਕਾ ਕੁਹਾੜਕਾ ਤੇ ਚੋਲਾ ਚੋਲਾ ਹੋ ਗਿਆ ਇੱਬਣ ਇੱਬਣ ਭੰਗਮਾ ਭੰਗਮਾ ਤੇ ਭਿੰਡੀਆਂ ਭਿੰਡੀਆਂ ਸ਼ੇਰੂ ਸ਼ੇਰੂ ਇਧਰਲੇ ਪਾਸੇ ਸ਼ਹਿਦ ਮੂਦ ਸ਼ਹਿਜਾਦੇ ਸ਼ਹਿਜਾਦਾ ਇਹ ਪਿੰਡ ਆਲੇ ਦੁਆਲੇ ਫਿਰ ਇੱਧਰ ਗਮਟਾਲਾ ਗਮਟਾਲਾ ਵੀ ਹੈਗਾ 18 ਨੱਬਾ ਇਹਨਾਂ ਪਿੰਡਾਂ ਵਿੱਚ ਜ਼ਿਆਦਾਤਰ ਲੁਧਿਆਣੀਏ ਗੁੱਜਰ ਆ ਕੇ ਬੈਠੇ ਹੋਏ ਆਪਣਾ ਜਿਹੜਾ ਦੇਵੀਦਾਸਪੁਰਾ ਪਿੰਡ ਆ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਬਰਾਦਰੀਆਂ ਬੈਠੀਆਂ ਜੀ ਇਹ ਸਾਰੇ ਹੈਗੇ ਆ ਲੁਧਿਆਣੀਏ ਅੱਛਾ ਜੀ ਤੇ ਦੋ ਹਿੱਸੇ ਰਜਪੂਤ ਆ ਇੱਕ ਹਿੱਸਾ ਗੁਜਰਾਂ ਦਾ ਦੋ ਹਿੱਸੇ ਰਜਪੂਤ ਆ ਇੱਕ ਹਿੱਸਾ ਗੁਜਰਾਂ ਦਾ ਠੀਕ ਆ ਤੇ ਹੁਣ ਇਸ ਪਿੰਡ ਦੇ ਹੁਣ ਲੰਬੜਦਾਰ ਕੌਣ ਕੌਣ ਇਸ ਪਿੰਡ ਦੇ ਲੰਬੜਦਾਰ ਪਰ ਬਦਲਦੇ ਰਹਿੰਦੇ ਆ ਪਹਿਲਾਂ ਜਿਹੜਾ ਸੀਗਾ ਲੰਬੜਦਾਰ
ਬੂਟਾ ਲੰਬੜਦਾਰ ਸੀਗਾ। ਅੱਛਾ ਜੀ। ਉਹ ਫੌਤ ਹੋ ਗਿਆ, ਉਹਨੇ ਲੰਬੜਦਾਰੀ ਛੱਡ ਦਿੱਤੀ। ਫਿਰ ਉਹਨੇ ਲੰਬੜਦਾਰੀ ਦਿੱਤੀ ਜਕੂਬ ਲੰਬੜਦਾਰ ਨੂੰ। ਅੱਛਾ ਜੀ। ਉਹ ਵੀ ਰਿਤਪੂਰ ਤੇ ਸੀਗਾ, ਉਹਨੇ ਵੀ ਛੱਡ, ਉਹ ਵੀ ਫੌਤ ਹੋ ਗਿਆ, ਉਹਨੇ ਵੀ ਛੱਡ ਦਿੱਤੀ ਉਹਦੇ ਮੁੰਡੇ ਨੇ। ਫਿਰ ਗਨੀ ਲੰਬੜਦਾਰ ਗੁੱਜਰ। ਅੱਛਾ। ਉਹ ਸੀਗਾ ਤੇ ਹੁਣ ਉਹਦੇ ਕੋਲ ਲੰਬੜਦਾਰੀ ਸੀਗੀ ਤੇ ਫਿਰ ਉਹ ਵੀ ਮਰ ਗਿਆ। ਉਹਦਾ ਪੁੱਤ ਜਾਣੀ ਉਹਦਾ ਪੁੱਤ ਜਵਾਨ ਮਰ ਗਿਆ, ਇੱਕ ਪੁੱਤ ਸੀਗਾ। ਉਹ ਅੱਖਾਂ ਤੇ ਇੰਨਾ ਹੋ ਗਿਆ। ਹੁਣ ਉਹਨੇ ਲੰਬੜਦਾਰੀ ਦੇ ਦਿੱਤੀ ਉਹ ਜਿਹੜਾ ਅਸਗਰ ਜੀ ਦਾ ਪੁੱਤ ਸਾਡੇ ਪਿੰਡ ਦਾ ਹੀ, ਹੁਣ ਉਹਦੇ ਕੋਲ ਆ ਲੰਬੜਦਾਰੀ। ਠੀਕ ਆ ਜੀ। ਕੈਂਡ ਹੋਇਆ ਦੱਸਦੇ ਜਾਂਦੇ ਹਾਂ ਜੀ, ਆਪਣਾ ਇਹ ਜਿਹੜਾ ਦੇਵੀਦਾਸਪੁਰਾ ਪਿੰਡ ਆ, ਇਹ ਆਪਣੇ ਪਾਕਿਸਤਾਨ ਦੇ ਇੰਟਰਨੈਸ਼ਨਲ ਕਬੱਡੀ ਪਲੇਅਰ ਮਨਸ਼ਾ ਗੁੱਜਰ ਦਾ ਪਿੰਡ ਆ ਜੀ। ਮਨਸ਼ਾ ਗੁੱਜਰ ਇਸੇ ਪਿੰਡ ਦੇ ਵਿੱਚ ਰਹਿੰਦਾ ਆ, ਬਹੁਤ ਸਾਦਾ ਇਨਸਾਨ ਆ ਮਨਸ਼ਾ ਗੁੱਜਰ ਜੀ, ਅਤੇ ਇਹ ਅੰਮਾ ਜੀ ਵੀ ਉਹਨਾਂ ਦੇ ਪਿੰਡ ਦੇ ਨਾਲ ਤਲਕ ਰੱਖਦੀਆਂ। ਬਾਕੀ ਇਹਨਾਂ ਦੀ ਸਟੋਰੀ ਤੁਸੀਂ ਸੁਣ ਲਈ ਆ, ਦਰਦ ਹੈਗਾ ਸਟੋਰੀ ਵਿੱਚ, ਕਿਉਂਕਿ ਉਹ ਕੰਮ ਹੀ ਇੱਦਾਂ ਦਾ ਸੀ, ਉਹਦੇ ਵਿੱਚ ਖੁਸ਼ੀ ਤਾਂ ਹੈ ਹੀ ਕਿਸੇ ਨੂੰ ਨਹੀਂ ਸੀ, ਸਾਰਿਆਂ ਨੇ ਤਕਲੀਫਾਂ ਹੀ ਝੱਲੀਆਂ ਵਿਚਾਰਿਆਂ ਨੇ, ਚਾਹੇ ਇੱਧਰੋਂ ਗਏ ਆ ਚਾਹੇ ਉੱਧਰੋਂ ਆਏ ਆ, ਇੱਥੇ ਆ ਕੇ ਦੁਬਾਰਾ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨੀ, ਤੁਸੀਂ ਮਹਿਸੂਸ ਕਰ ਸਕਦੇ ਹੋ ਵੀ ਉਹ ਕਿੰਨੀ ਔਖੀ ਹੁੰਦੀ ਆ। ਬਾਕੀ ਵਿਛੋੜਾ ਨਸੀਬ 'ਚ ਲਿਖਿਆ ਸੀ, ਚੱਲ ਲਿਆ ਇਹਨਾਂ ਨੇ, ਇੱਕ ਹੁਣ ਆਜ਼ਾਦ ਮੁਲਕ ਦੇ ਵਿੱਚ ਰਹਿ ਰਹੇ ਆ। ਸ਼ੁਕਰ ਅਦਾ, ਸ਼ੁਕਰ ਅੱਲਾ ਦੀ ਜ਼ਾਤ ਦਾ, ਹਰ ਹਾਲ ਦੇ ਵਿੱਚ ਸ਼ੁਕਰ ਅਦਾ ਕਰਨਾ ਚਾਹੀਦਾ ਜੀ। ਇਨਸ਼ਾਅੱਲਾ ਫਿਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਬਜ਼ੁਰਗ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ ਜੀ।